ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਆਪਣੇ ਰਵਨੀਤ ਵੱਲੋਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਦਾ ਨਾਮ ਹੈ ਜੀ ਕੰਟੀਨੀ। ਅੱਜ ਦਾ ਇਹ ਸ਼ੋਅ ਸਪੈਸ਼ਲ ਹੈ, ਸਪੈਸ਼ਲ ਇਸ ਕਰਕੇ ਹੈ ਕਿਉਂਕਿ ਕ੍ਰੈਮਿਕਾ ਇਸ ਪ੍ਰੋਡਕਟ ਸਾਡੇ ਨਾਲ ਜੁੜ ਚੁੱਕਿਆ ਜੀ। ਚਲੋ ਜੀ, ਅੱਜ ਅਸੀਂ ਆ ਪਹੁੰਚੇ ਹਾਂ ਜੀ ਐਨਲਾਈਟਡ ਗਰੁੱਪ ਆਫ ਕਾਲਜਿਸ, ਜਿਹੜਾ ਕਿ ਝੁਨੀਰ 'ਚ ਪੈਂਦਾ। ਝੁਨੀਰ ਹੈਗਾ ਜੀ ਮਾਨਸਾ ਤੋਂ 19-20 ਕਿਲੋਮੀਟਰ ਸਰਦੂਲਗੜ੍ਹ ਵੱਲ ਨੂੰ, ਠੀਕ ਹੈ। ਤੇਈ ਇੱਕ ਬਾਈ ਕਹਿੰਦਾ ਤਈ ਆ ਓਏ ਜੀ, ਸਰ ਤਈ ਹੈ ਜੀ, ਸਰ ਸੋਰੀ ਸਰ, ਗਲਤੀ ਹੋ ਗਈ ਸਰ। ਸੋ ਦੇਖੋ ਬਹੁਤ ਮਾਨਸੇ ਵਾਲੇ ਕੱਬੇ ਹੁੰਦੇ ਨੇ, 4 ਕਿਲੋਮੀਟਰ ਪਿੱਛੇ ਬੰਦੇ ਨੂੰ ਵੱਢਣ ਨੂੰ ਫਿਰਦੇ ਨੇ। ਸੋ 23 ਕਿਲੋਮੀਟਰ ਹੈ ਜੀ, ਅਤੇ ਬਹੁਤ ਵਧੀਆ ਕੈਂਪਸ, ਬਹੁਤ ਸ਼ਾਨਦਾਰ ਕੈਂਪਸ, ਬਹੁਤ ਵਧੀਆ ਫੈਕਲਟੀ ਦੇ ਬੱਚੇ ਬਹੁਤ ਵਧੀਆ ਨੇ ਇੱਥੋਂ ਦੇ, ਕੁੜੀਆਂ ਮੁੰਡੇ ਦੋਵੇਂ ਬਹੁਤ ਮਹਾਰਾਜ ਇਹਨਾਂ ਨੂੰ ਕਾਮਯਾਬ ਕਰਨ, ਇਹ ਜੋ ਵੀ ਬਣਨਾ ਚਾਹੁੰਦੇ ਨੇ ਬਣਨ, ਅਤੇ ਇਹਨਾਂ ਦੇ ਵਿੱਚ ਟੈਲੈਂਟ ਕਿੰਨਾ ਗਾ ਉਹ ਆਪਾਂ ਦੇਖਾਂਗੇ ਜੀ। ਸੋ ਜਿਹੜੇ ਵੀ ਬੱਚਿਆਂ ਦੀਆਂ ਐਕਟੀਵਿਟੀਜ਼, ਜਿਹੜੇ ਵੀ ਟੈਲੈਂਟਡ ਬੱਚੇ ਹੋਣਗੇ, ਜਿਹੜੇ ਵੀ ਬੱਚੇ ਐਕਟੀਵਿਟੀਜ਼ ਵਧੀਆ ਕਰਨਗੇ, ਉਹਨਾਂ ਨੂੰ ਕ੍ਰੈਮਿਕਾ ਬ੍ਰਾਂਡ ਵੱਲੋਂ ਗਿਫਟ ਹੈਂਪਰ ਵੀ ਦਿੱਤੇ ਜਾਣਗੇ। ਸੋ ਜਿਹੜੇ ਬਿਸਕਿਟ ਦੀਆਂ ਟੋਕਰੀਆਂ ਤੁਸੀਂ ਦੇਖੀਆਂ, ਮੇਰੀਆਂ ਤਾਂ ਹੈ ਨਹੀਂ, ਮੈਂ ਤਾਂ ਬਹੁਤ ਮੰਗੀਆਂ ਦਿੱਤੀਆਂ ਨਹੀਂ, ਸੋ ਇਹਨਾਂ ਤੁਹਾਡੇ ਵਿੱਚੋਂ ਹੈਗੀਆਂ, ਤੁਸੀਂ ਆਪਣੇ ਪਰਿਵਾਰ ਨੂੰ ਬਿਸਕੁਟ ਖਵਾਇਆ ਸਵੇਰੇ ਸਵੇਰੇ ਚਾਹ ਦੇ ਨਾਲ। ਬੋਟ ਬੋ ਕੇ ਗੱਲਬਾਤ ਸ਼ੁਰੂ ਕਰਦੇ ਹਾਂ ਜੀ, ਮਾਲਕ ਤੁਹਾਨੂੰ ਸਾਰਿਆਂ ਨੂੰ ਤਰੱਕੀ ਦੇਣ। ਇਹ ਆਓ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ ਜੀ? ਹਾਂਜੀ ਹਾਂਜੀ, ਬਹੁਤ ਵੈਲਕਮ ਤੁਹਾਡਾ ਸਾਡੇ ਕਾਲਜ, ਬਹੁਤ ਸਾਰਾ। ਅੱਛਾ, ਬਹੁਤ ਸਾਰਾ? ਹਾਂਜੀ, ਮੋਸਟ ਵੈਲਕਮ। ਹਾਂਜੀ, ਥੈਂਕ ਯੂ ਸੋ ਮਚ। ਹੋਰ ਦੱਸੋ, ਠੀਕ ਠਾਕ? ਕਿਵੇਂ ਲੱਗਿਆ ਸਾਡਾ ਕਾਲਜ ਤੁਹਾਨੂੰ? ਆਏ ਆ ਜੀ, ਫਿਰ ਵੀ ਆਏ ਚ ਵੀ ਤਾਂ ਕੋਈ ਗੱਲਬਾਤ ਤਾਂ ਗੇਟ ਚ ਵੜਦੇ ਨੂੰ ਪਤਾ ਲੱਗ ਜਾਂਦੀ ਆ। ਹਾਂਜੀ ਹਾਂਜੀ, ਗੇਟ ਤੇ ਵੜਦੇ ਗੱਲਬਾਤ ਪਤਾ ਲੱਗ ਜੀ, ਮੈਂ ਹਾਰਨ ਮਾਰੀ ਆ, ਮੈਂ ਅੱਗੋਂ ਹਿੱਲਣੀ ਨਾ। ਨਾਂ ਕੀ ਹੈ ਜੀ? ਮੇਰਾ ਨਾਮ ਜਸ਼ਨ। ਕੀ ਸ਼ੌਂਕ ਹੈ ਤੁਹਾਡੇ? ਮੇਰੇ ਸ਼ੌਂਕ ਤਾਂ ਬਹੁਤ ਨੇ ਜੀ। ਅੱਛਾ ਜੀ, ਹਾਂਜੀ, ਪਰ ਅੱਜ ਮੈਂ ਤੁਹਾਨੂੰ ਸ਼ੌਂਕ ਦੱਸੂਗੀ ਨਹੀਂ, ਤੁਹਾਡੇ ਤੋਂ ਕੁਝ ਕਰਾਉਂਗੀ। ਅੱਛਾ ਜੀ, ਵਾਹਿਗੁਰੂ ਕਿਰਪਾ ਕਰਨਾ। ਹਾਂਜੀ, ਕਿਉਂਕਿ ਤੁਸੀਂ ਠੀਕ ਆ, ਆਏ ਵਾਰੀ ਲੋਕਾਂ ਨੂੰ ਪਾਗਲ ਬਣਾਉਣਾ, ਇੱਕ ਤੁਹਾਨੂੰ ਮੈਂ ਬਣਾ ਕੇ ਜਾਊਂਗੀ। ਲੈ, ਮੈਂ ਤਾਂ ਪਹਿਲਾਂ ਹੀ ਪਾਗਲ ਹਾਂ ਜੀ। ਚਲੋ ਵਧੀਆ, ਮੈਂ ਸੁਣਿਆ ਤੁਸੀਂ ਪੜ੍ਹਾਈ 'ਚ ਥੋੜੇ ਵੀਕ ਬੂਕੀ ਸੀਗੇ, ਇੰਨੇ ਕਦੇ ਕਲਾਸਾਂ ਕਲੂਸਾਂ ਲਾਈਆਂ ਨਹੀਂ, ਅੱਜ ਤੁਹਾਡੀ ਕਲਾਸ ਮੈਂ ਲਾਉਣੀ ਆ। ਨਹੀਂ, ਪੜ੍ਹਾਈ 'ਚ ਮੈਂ ਵੀਕ ਸੀਗਾ ਜੀ, ਵੀਕ ਨਹੀਂ, ਜੋ ਵੀ ਸੀ। ਮੈਂ ਤੁਹਾਡੀ ਟੀਚਰ ਹਾਂ, ਠੀਕ ਆ? ਤੁਸੀਂ ਮੇਰੇ ਟੀਚਰ ਜੀ? ਹਾਂਜੀ, ਠੀਕ ਹੈ ਜੀ। ਤੁਸੀਂ ਕਲਾਸ 'ਚ ਲੇਟ ਆ ਰਹੇ ਹੋ। ਅੱਛਾ ਜੀ, ਮੈਂ ਤੁਹਾਨੂੰ ਕੋਈ ਪਨਿਸ਼ਮੈਂਟ ਦੇਣੀ ਹੈ। ਮੈਂ ਮੇਕ ਕਮ ਇਨ? ਯੈਸ, ਕਮ ਇਨ। ਰਵਨੀਤ ਕਲਾਸ 'ਚ ਨਹੀਂ ਲੇਟ? ਹਾਂਜੀ। ਕਿਉਂ ਲੇਟ? ਹਾਂਜੀ, ਨਹੀਂ ਲੇਟ ਕਿਉਂ ਆਏ ਹੋ? ਪਹਿਲਾਂ ਤਾਂ ਕਲਾਸ 'ਚ ਨਹੀਂ ਆਉਂਦੇ ਜੀ, ਹੁਣ ਉਹ ਵੀ ਲੇਟ ਆਉਣੇ ਹੋ। ਮੈਡਮ, ਬਾਕੀ ਵੀ ਬੱਚੇ ਨੇ, ਫਿਰ ਮੇਰੇ ਖਿਆਲ ਰੱਖਦੇ ਹੋ ਤੁਸੀਂ? ਚਲੋ, ਬਣਾ ਮੁਰਗਾ, ਮੁਰਗਾ ਬਣਾ। ਮੁਰਗਾ? ਹਾਂਜੀ, ਮੁਰਗਾ ਤਾਂ ਪਹਿਲਾਂ ਬਣ ਗਿਆ। ਸਤਨਾਮ ਸਿੰਘ ਜੀ। ਸਤਨਾਮ ਸਿੰਘ ਜੀ, ਬਹੁਤ ਸੋਹਣੀ ਪੱਗ ਦਾ ਰੰਗ, ਬਹੁਤ ਸੋਹਣੀ ਪੱਗ ਬੰਨੀ ਹੈ। ਧੰਨਵਾਦ। ਹੋਰ ਕੀ ਸ਼ੌਂਕ ਨਹੀਂ ਤੁਹਾਡੇ? ਸ਼ੌਂਕ ਤਾਂ ਜੀ ਪੇਂਟਿੰਗ ਹੈ ਜੀ, ਬੜੀ ਮੋਟੀ ਬਣਾ ਲੈਂਦੇ। ਅੱਛਾ ਜੀ, ਬਹੁਤ 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 ਵਧੀਆ ਸ਼ੌਂਕ ਹੈ। ਤੇ ਤੁਹਾਡੀ ਤਸਵੀਰ ਬਣਾਈ ਸੀ ਜੀ। ਅੱਛਾ ਜੀ, ਹਾਂਜੀ, ਕਿਆ ਬਾਤ ਹੈ ਬਾਈ, ਤੁਸੀਂ ਟਾਈਮ ਕੱਢਿਆ ਮੇਰੇ ਲਈ। ਮੈਂ ਖੋਲ ਕੇ ਦੇਖ ਸਕਦਾ ਜੀ? ਓਕੇ 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 ਓਕੇ, ਆਹ ਦੇਖੋ ਜੀ ਸਤਨਾਮ, ਥੈਂਕ ਯੂ ਸੋ ਮਚ ਜੀ। ਜਿੰਨੀਆਂ ਵੀ ਮੈਨੂੰ ਪੇਂਟਿੰਗਸ ਦਿੰਦੇ ਹੁੰਦੇ ਨੇ ਜੀ, ਹੈ ਨਾ ਜੀ, ਪਿਆਰ ਕਰਨ ਵਾਲੇ, ਤੁਸੀਂ ਵੀ ਸਪੋਰਟਰ ਹੋ ਸਾਡੇ, ਮੈਂ ਫੈਨ ਨਹੀਂ ਕਹਿੰਦਾ ਹੁੰਦਾ, ਸਪੋਰਟਰ ਹੋ ਤੁਸੀਂ, ਫੈਨ ਵੱਡਾ ਸ਼ਬਦ ਹੈ ਨਾ ਉਹੀ, ਅਤੇ ਮੈਂ ਆਪਣੇ ਕਮਰੇ ਦੇ ਵਿੱਚ ਲਾ ਕੇ ਰੱਖੀਆਂ ਹੋਈਆਂ ਨੇ, ਅਤੇ ਮੈਂ ਇਹ ਵੀ ਸਾਂਭੂੰਗਾ ਜੀ, ਅਤੇ ਗਲੀ ਕੱਢ ਦਿਓ ਆ ਕੇ। ਮੈਂ ਕਿਹਾ ਗਲੀ ਕੱਢ ਦਿਓ ਆ ਕੇ, ਡ੍ਰਿਲ ਲੈ। ਥੈਂਕ ਯੂ ਸੋ ਮਚ। ਅੱਛਾ, ਸ਼ੌਂਕ ਕੀ ਨੇ ਜੀ? ਹਾਂਜੀ ਹਾਂਜੀ ਹਾਂਜੀ, ਸੁਣਾਓ ਸੁਣਾਓ। ਅੱਛਾ, ਗੀਤ ਵੀ ਲਿਖਦੇ ਹੋ ਜੀ ਆਪ? ਬਹੁਤ 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 ਕਲਾ ਜੀ, ਮਾਲਕ ਨੇ ਤੁਹਾਨੂੰ ਕਲਾ ਬਖਸ਼ੀ ਹੈ, ਸੁਣਾਓ ਜੀ। ਜਿੱਥੇ ਸਿਫਾਰਸ਼ਾਂ ਚੱਲਦੀਆਂ ਨੇ ਉੱਥੇ ਡਿਗਰੀ ਕਮਨਾਈ, ਜਿੱਥੇ ਫਰਮਾਇਸ਼ਾਂ ਚੱਲਦੀਆਂ ਨੇ ਉੱਥੇ ਡਿਗਰੀ ਕਮਨਾਈ। ਬੜਾ ਕਿਸਮਤ ਦੇ ਨਾਲ ਲੜਿਆ ਮੈਂ, ਬਸ ਬੀ ਏ ਤੱਕ ਹੀ ਪੜਿਆ ਮੈਂ, ਕਹੇ ਮਾਂ ਮੇਰੀ ਮੇਰ ਕਰੂ ਰੱਬ, ਪਰ ਰੱਬ ਦੇ ਸਮਝ ਨਾ ਆਈ। ਜਿੱਥੇ ਸਿਫਾਰਸ਼ਾਂ ਚੱਲਦੀਆਂ ਨੇ ਉੱਥੇ ਡਿਗਰੀ ਕਮਨਾਈ। ਧੰਨਵਾਦ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਗੋਡ ਬਲੈਸ ਯੂ ਮੇਰਾ ਵੀਰਾ, ਗੋਡ ਬਲੈਸ ਯੂ। ਆਓ ਜੀ, ਆਓ ਆਓ ਆਓ।
ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਹਰਵਿੰਦਰ ਸਿੰਘ ਜੀ। ਹਰਵਿੰਦਰ ਸਿੰਘ, ਕਿਹੜਾ ਕੋਰਸ ਜੁਆਇਨ ਕੀਤਾ ਇੱਥੇ? ਮੈਂ ਬੀਏ ਸੈਕਿੰਡ ਈਅਰ 'ਚ ਜੀ। ਬੀਏ ਸੈਕਿੰਡ ਈਅਰ? ਹਾਂਜੀ ਸਰ। ਅਤੇ ਸਭ ਤੋਂ ਵਧੀਆ ਸਬਜੈਕਟ ਕਿਹੜਾ ਲੱਗਦਾ? ਪੰਜਾਬੀ ਨੂੰ ਪੰਜਾਬੀ ਵਧੀਆ ਲੱਗਦਾ ਹੁੰਦਾ ਜੀ। ਸੁਪਨਾ ਕੀ ਹੈ, ਡ੍ਰੀਮ ਕੀ ਹੈ ਤੁਹਾਡਾ? ਸੁਪਨੇ ਤਾਂ ਬਹੁਤ ਹੁੰਦੇ ਜੀ, ਪੂਰੀ ਨਹੀਂ ਨਹੀਂ, ਜਿਹੜੇ ਰਾਤ ਨੂੰ ਆਏ ਉਹ ਨਹੀਂ। ਉਹ ਬਣਨਾ ਕੀ ਹੈ, ਕੀ ਬਣਨਾ ਚਾਹੁੰਦੇ ਹੋ? ਜਿਹੜੇ ਹਿਸਾਬ ਨਾਲ ਮੁੰਡੇ ਕਹਿ ਰਹੇ ਜਹਾਜ਼ ਬਣ ਜਾਈਏ ਵਧੀਆ ਜੀ, ਦੁਨੀਆ ਤਾਂ ਘੁੰਮ ਲਿਆ ਕਰਾਂਗੇ ਫ੍ਰੀ ਜੀ। ਚਲੋ ਬਹੁਤ ਵਧੀਆ, ਕੀ ਸ਼ੌਂਕ ਹੈ ਤੁਹਾਡੇ? ਸ਼ੌਂਕ ਤਾਂ ਜੀ ਬਹੁਤ ਨੇ ਜੀ, ਪਰ ਨਕਲ ਨੁਕਲ ਕਰਕੇ ਦੇਖ ਲੈਂਦੇ ਜੀ। ਨਕਲ ਕਿਹਨਾਂ ਦੀ? ਕਿਸੇ ਟੀਚਰ ਦੀ? ਹਾਂ ਜੀ, ਮੇਰਾ ਪ੍ਰੋਫੈਸਰ ਹੈ ਜੀ, ਗੁਰਪ੍ਰੀਤ ਸਿੰਘ ਜੀ। ਮੇਰਾ ਪ੍ਰੋਫੈਸਰ ਨਹੀਂ, ਮੇਰੇ ਪ੍ਰੋਫੈਸਰ। ਕੀ ਨਾਂ ਜੀ? ਗੁਰਪ੍ਰੀਤ ਸਿੰਘ ਜੀ। ਓਕੇ, ਗੁਰਪ੍ਰੀਤ ਸਰ ਕੀ ਪੜ੍ਹਾਉਂਦੇ ਨੇ? ਉਹ ਪੰਜਾਬੀ ਪੜ੍ਹਾਉਂਦੇ ਨੇ। ਓਕੇ ਜੀ, ਉਹਨਾਂ ਦੀ ਐਕਟਿੰਗ ਲਾਉਂਗੇ? ਹਾਂਜੀ ਸਰ। ਚਲੋ ਠੀਕ ਹੈ ਜੀ। ਠੀਕ ਹੋ ਸਰ? ਕਿਉਂ ਬਿੱਟੂ ਕੁਮਾਰ, ਯਾਦ ਹੈ ਸਾਰਾ ਕੁਛ? ਹਾਂ, ਤੇਰੇ ਤਾਂ ਯਾਦ ਹੀ ਹੋਊਗਾ। ਸੈਂਡੀ ਕੱਲ੍ਹ ਨਹੀਂ ਆਇਆ ਪਤੰਦਰਾ, ਤੈਨੂੰ ਯਾਦ ਕਰੀ ਗਿਆ ਮੈਂ। ਹੈ ਨਹੀਂ, ਪੜ੍ਹਾਈ ਪੱਖੋਂ ਨਹੀਂ, ਉਹੀ ਯਾਦ ਕੀਤਾ ਸੀਗਾ। ਹਾਂ, ਕਈ ਦਿਨ ਹੋ ਗਏ ਨਾ, ਬੇਇੱਜ਼ਤੀ ਨਹੀਂ ਕੀਤੀ ਕਿਸੇ ਦੀ, ਮੈਂ ਕਿਹਾ ਸੈਂਡੀ ਦੀ ਕਰ ਲੈਂਦੇ ਹੈਗੇ। ਹਾਂ, ਬਾਕੀ ਯਾਰ ਪਿੱਛੇ ਜਿਹੇ ਨਾ ਬੈਠਿਆ ਕਰੋ, ਮੈਨੂੰ ਤੁਹਾਡੇ ਤੋਂ ਬਹੁਤ ਐਲਰਜੀ ਹੈ। ਸਹੀ ਗੱਲ ਹੈ ਯਾਰ, ਪੜ੍ਹਨਾ ਤਾਂ ਹੈ ਨਹੀਂ, ਕਮ ਸੇ ਕਮ ਊਂ ਤਾਂ ਪ੍ਰੈਸ਼ਰ ਪਾ ਦਿਆ ਕਰੋ ਮੂਹਰੇ ਬਹਿ ਕੇ। ਸਹੀ ਗੱਲ ਹੈ, ਬਹੁਤ ਥੈਂਕ ਯੂ। ਇੱਕ ਚੈਲੇਂਜ ਹੈ ਤੁਹਾਡੇ ਲਈ, ਸਾਰਿਆਂ ਲਈ, ਇੱਕ ਟੰਗ ਟਵਿਸਟਰ ਹੈ ਜਿਹੜਾ ਉਹਨੂੰ 5 ਵਾਰੀ ਬੋਲ ਜੂਗਾ, ਕ੍ਰੇਮਿਕਾ ਬ੍ਰਾਂਡ ਦਾ ਜਿਹੜਾ ਗਿਫਟ ਹੈਂਪਰ ਆ ਉਹਦੇ ਕੋਲ ਜਾਊਗਾ, ਠੀਕ ਹੈ ਜੀ। ਸੋ ਇਹ ਹੈਗਾ ਜੀ ਕ੍ਰੇਮਿਕਾ ਓਪਨ ਚੈਲੇਂਜ, ਠੀਕ ਹੈ ਜੀ। ਤੁਸੀਂ 5 ਵਾਰ ਬੋਲਣਾ, ਟੰਗ ਟਵਿਸਟਰ ਹੈਗਾ ਝਟਪਟ ਚਟਪਟ ਖਟਪਟ ਖੜਾਟੇ ਖਟਪਟ ਖੜਾਟੇ ਝਟਪਟ ਚਟਪਟ ਛਟਪਟ ਖਟਪਟ 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 ਲਾਓ ਤੁਸੀਂ ਵੀ ਰਾਓ ਜੀ, ਝਟਪਟ ਚਟਪਟ ਖਟਪਟ ਖਰਾਟੇ ਝਟਪਟ ਖਟਪਟ ਚਟਪਟ ਚਟਪਟ ਚਟਪਟ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਝਟਪਟ ਖਟਪਟ ਖਟਪਟ ਝਟਪਟ ਝਟਪਟ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਜੀ? ਲਾਓ ਲਾਓ ਕੰਮ, ਲੈ ਗਿਆ ਲੁੱਟ ਲੈਣਾ, ਮੇਲਾ ਤਾਂ ਲੁੱਟ ਲੈਣਾ ਮੈਨੂੰ ਪਤਾ। ਝਟਪਟ ਖਟਪਟ ਖੜਾਟੇ ਖਟਪਟ ਖੜਾਟੇ ਝਟਪਟ ਚਟਪਟ ਝਟਪਟ ਝਟਪਟ ਖਟਪਟ ਖੜਾਟੇ ਖਟਪਟ ਖੜਾਟੇ ਝਟਪਟ ਚਟਪਟ ਝਟਪਟ ਝਟਪਟ ਖਟਪਟ ਖੜਾਟੇ ਖਟਪਟ ਖੜਾਟੇ ਝਟਪਟ 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 ਖਟਪਟ ਖੜਾਟੇ ਖਟਪਟ ਖੜਾਟੇ ਝਟਪਟ 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 ਖਟਪਟ ਖੜਾਟੇ ਖਟਪਟ ਖੜਾਟੇ ਝਟਪਟ ਝਟਪਟ। ਚਲੋ ਬਹੁਤ ਵਧੀਆ ਵੀਰੇ ਨੇ, ਫਿਰ ਵੀ ਬਹੁਤ ਵਧੀਆ ਕੀਤਾ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਲਿਆਓ ਜੀ, ਕ੍ਰੇਮਿਕਾ ਵੱਲੋਂ ਗਿਫਟ ਹੈਂਪਰ ਤੁਹਾਨੂੰ ਦਿੱਤਾ ਜਾਂਦਾ। ਥੋੜੀ ਜੀ ਤੁਹਾਡੀ ਗਲਤੀ ਸੀਗੀ, ਪਰ ਬਾਕੀਆਂ ਨਾਲੋਂ ਬਹੁਤ ਵਧੀਆ। ਸੋ ਆ ਲਓ ਜੀ, ਥੈਂਕ ਯੂ। ਚਲੋ ਜੀ, ਕ੍ਰੇਮਿਕਾ ਓਪਨ ਚੈਲੇਂਜ ਅਸੀਂ ਦਿੱਤਾ ਸੀਗਾ ਜੀ ਟੰਗ ਟਵਿਸਟਰ ਦਾ, ਅਤੇ ਵੀਰੇ ਨੇ ਜਿੱਤਿਆ। ਸੋ ਗੋਡ ਬਲੈਸ ਯੂ ਵੀਰੇ, ਥੈਂਕ ਯੂ ਸੋ ਮਚ। ਸੋ ਇਹ ਗਿਫਟ ਹੈਂਪਰ ਦਿੱਤਾ ਗਿਆ ਜੀ ਕ੍ਰੇਮਿਕਾ ਬ੍ਰਾਂਡ ਵੱਲੋਂ, ਅਤੇ ਹੋਰ ਵੀ ਗਿਫਟ ਹੈਂਪਰ ਅਸੀਂ ਸਟੂਡੈਂਟਸ ਨੂੰ ਦੇਣੇ ਨੇ, ਹੋਰ ਵੀ ਐਕਟੀਵਿਟੀਜ਼ ਅਸੀਂ ਖੜਾਵਾਂਗੇ। ਸੋ ਕ੍ਰੇਮਿਕਾ ਬ੍ਰਾਂਡ ਦਾ ਬਹੁਤ ਸਾਰਾ ਥੈਂਕ ਯੂ। ਆਓ ਜੀ, ਆਓ ਆਓ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਜੀ ਤੁਹਾਡਾ? ਤਮੰਨਾ। ਤਮੰਨਾ, ਕੀ ਸ਼ੌਂਕ ਨੇ ਤੁਹਾਡੇ? ਡਾਂਸਿੰਗ। ਹਾਂ, ਡਾਂਸ ਨਹੀਂ ਅੱਜ ਕਾਲਜ 'ਚ ਕਿਸੇ ਨੇ ਵੀ ਕੀਤਾ, ਅਤੇ ਗਾਣੇ 'ਤੇ ਕਰੋਗੇ ਡਾਂਸ? ਯੈਸ। ਓਕੇ, ਕਿਹੜਾ ਗਾਣਾ ਜੀ? ਗੜਵਾ। ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ। ਬਹੁਤ ਵਧੀਆ ਡਾਂਸ, ਬਹੁਤ ਸੋਹਣੇ ਐਕਸਪ੍ਰੈਸ਼ਨ, ਔਰ ਤੁਸੀਂ ਤੁਹਾਡੇ ਗਾਣੇ ਦੀ ਚੋਇਸ ਬਹੁਤ ਵਧੀਆ ਸੀਗੀ। ਇਟਸ ਅ ਫੈਮਿਲੀ ਸੌਂਗ ਹੈ ਨਾ ਜੀ, ਕਮਰ ਗਰੇਵਾਲ ਭਾਅ ਜੀ ਦਾ, ਬਹੁਤ ਸਾਰੀ ਰਿਸਪੈਕਟ, ਬਹੁਤ ਵਧੀਆ ਗਾਣਾ, ਅਤੇ ਥੈਂਕ ਯੂ ਸੋ ਮਚ, ਗੋਡ ਬਲੈਸ ਯੂ, ਮਾਰੇ ਤੁਹਾਨੂੰ ਤਰੱਕੀ ਦੇਣ ਜੀ, ਥੈਂਕ ਯੂ ਸੋ ਮਚ। ਚਲੋ ਜੀ, ਵਕਤ ਹੋ ਚੁੱਕੇ ਛੋਟੇ ਜਿਹੇ ਬ੍ਰੇਕ ਦਾ, ਰਿਮੋਟ ਨੂੰ ਹੱਥ ਨਾਲ ਲਾਇਓ, ਮਿਲਦੇ ਹਾਂ ਜੀ ਇੱਕ ਨਿੱਕੇ ਜੇ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ, ਕਹਿੰਦਾ ਥੈਂਕ ਯੂ ਜੀ। ਕੀ ਨਾਂ ਜੀ ਤੁਹਾਡਾ? ਨਿਸ਼ਾਨ ਨਵੀਂ ਜੀ। ਬਹੁਤ ਸੋਹਣੀ ਪੱਗ, ਥੈਂਕ ਯੂ ਜੀ। ਪੱਗ ਦਾ ਰੰਗ ਬਹੁਤ ਸੋਹਣਾ, ਸ਼ੂਜ਼ ਬਹੁਤ ਸੋਹਣੇ, ਥੈਂਕ ਯੂ, ਗੋਡ ਬਲੈਸ ਯੂ। ਤੁਸੀਂ ਵੀ ਬਹੁਤ ਸੋਹਣੇ ਲੱਗ ਰਹੇ ਹੋ। ਮੈਂ ਤੁਹਾਡੇ ਕਰਕੇ ਜੀ, ਆਪਣੇ ਭਰਾ ਸੋਹਣੇ ਹੋਣ ਤਾਂ ਛੋਟਾ ਭਰਾ ਤਾਂ ਸੋਹਣਾ ਹੋਊਗਾ। ਇਹ ਤਾਂ ਹੈ ਜੀ। ਅਤੇ ਕਿੱਥੇ ਰਹਿੰਦੇ ਹੋ ਤੁਸੀਂ? ਮੈਂ ਪਿੰਡ ਝੰਡਾ ਕਲਾਂ ਜੀ। ਝੰਡਾ ਕਲਾਂ, ਹਾਂਜੀ। ਓਕੇ, ਪਰਿਵਾਰ 'ਚ ਕੌਣ ਕੌਣ? ਪਰਿਵਾਰ 'ਚ ਮੇਰੇ ਦਾਦੀ ਜੀ,
ਮਦਰ ਹਾਂਜੀ ਫਾਦਰ ਤੇ ਮੈਂ ਓਕੇ ਜੀ ਹਾਂਜੀ ਦਾਦੀ ਸਾਖੀਆਂ ਸੁਣਾਉਂਦੇ ਹੁੰਦੇ ਹੁਣ ਵੀ ਗੱਲਾਂ ਕਰਦੇ ਹੁੰਦੇ ਨੇ ਹਾਂਜੀ ਸੁਣਾਉਂਦੇ ਹੁੰਦੇ ਆ ਜੀ ਕੋਈ ਪੁਰਾਣੀ ਗੱਲਬਾਤ ਜਿਹੜੀ ਦਾਦੀ ਜੀ ਨੇ ਸੁਣਾਈ ਹੋਵੇ ਕੋਈ ਆਪਣੇ ਪੁਰਾਣੀ ਗੱਲਬਾਤ ਜੀ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਜੀ ਓਕੇ ਜੀ ਤੇ ਸਾਖੀਆਂ ਅੱਛਾ ਤੁਹਾਡੀ ਦਾਦੀ ਜੀ ਔਰ ਤੁਹਾਡੇ ਮਦਰ ਦੀ ਹੁਣ ਵੀ ਕਿਤੇ ਨਾ ਕਿਤੇ ਨੋਕ ਜੋਕ ਹੋ ਜਾਂਦੀ ਹੈ ਮੰਮੀ ਦੀ ਤੇ ਦਾਦੀ ਦੀ ਜੀ ਹਾਂ ਹੁੰਦੀ ਜੀ ਥੋੜ੍ਹੀ ਬਹੁਤੀ ਕਦੋਂ ਹੋਈ ਜਾਂ ਕਿਹੜੇ ਟੌਪਿਕ ਤੇ ਹੋ ਗਈ ਜਾਂ ਕਦੋਂ ਬਸ ਜੀ ਦਾਦੀ ਥੋੜ੍ਹੇ ਜਿਹੇ ਉਸ ਤਰ੍ਹਾਂ ਦੇ ਹੈਗੇ ਆ ਭਰੇ ਨੀ ਵਾਂਗ ਸੋਨੇ ਦੀ ਚਮਕ ਦੇ ਅਸੂਲ ਖਰੇ ਨੀ ਕਹਿਣਾ ਮੁੱਛ ਨੂੰ ਚੜਾ ਕੇ ਗਿਆਰਾਂ ਤੱਕ ਲੂ ਨਾ ਚੁੱਕੇ ਤੇਰੇ ਜੇ ਰਿਕਾਰਡ ਸਾਰੇ ਫੱਕਿਆ ਨੀ ਤੂੰ ਜੱਟ ਨਾਵੇਂ ਫਰਦਾਂ ਚ ਭੇਲਦੀ ਤੇਰੇ ਤੇ ਸਾਡਾ ਮਾਲਕੀ ਜ਼ਮੀਨਾਂ ਜਿੰਨਾ ਹੱਕਿਆ ਨੀ ਤੂੰ ਜੱਟ ਨਾਵੇਂ ਫਰਦਾਂ ਚ ਭੇਲਦੀ ਤੇਰੇ ਤੇ ਸਾਡਾ ਮਾਲਕੀ ਜ਼ਮੀਨਾਂ ਜਿੰਨਾ ਹੱਕਿਆ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣੀ ਇਹ ਜੀ ਮਤਲਬ ਸਿੰਗਰ ਸਰ ਮੇਰਾ ਇਹ ਸੌਂਗ ਆਇਆ ਹੈ ਜੀ ਥੈਂਕ ਯੂ ਸੋ ਮਚ ਬਹੁਤ ਸੋਹਣੀ ਆਵਾਜ਼ ਤੁਸੀਂ ਹਨਾ ਆਵਾਜ਼ ਪਹਿਲਾਂ ਹੀ ਬਹੁਤ ਸੋਹਣੀ ਹੈ ਹੋਰ ਰਿਆਜ਼ ਕਰਿਆ ਕਰੋ ਤੁਸੀਂ ਇਸ ਫੀਲਡ 'ਚ ਜ਼ਰੂਰ ਆਇਓ ਆਓ ਜੀ ਆਓ 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 ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅੰਮ੍ਰਿਤਪਾਲ ਕੌਰ ਆਈ ਅੰਮ੍ਰਿਤਪਾਲ ਹਾਂਜੀ ਸਰ ਓਕੇ ਤੁਸੀਂ ਕਿੱਥੇ ਬਿਲੋਂਗ ਕਰਦੇ ਹੋ ਜੀ ਸਰ ਮੈਂ ਬਿਨ ਮਾਖਾ ਜ਼ਿਲ੍ਹਾ ਤੋਂ ਮਾਨਸਾ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਓਕੇ ਜੀ ਸਰ ਮੈਨੂੰ ਬਹੁਤ ਖੁਸ਼ੀ ਹੈ ਜੀ ਮੈਂ ਤੁਹਾਨੂੰ ਸੈਕਿੰਡ ਟਾਈਮ ਮਿਲ ਰਹੀ ਹਾਂ ਅੱਛਾ ਜੀ ਮੈਂ ਫਸਟ ਟਾਈਮ ਤੁਹਾਨੂੰ ਲੁਧਿਆਣੇ ਮਿਲੀ ਸੀ ਗੁਰੂ ਨਾਨਕ ਪਵਨ ਚ ਤੀਜੀ ਉਸ ਦਿਨ ਹਾਂਜੀ 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 ਠੀਕ ਹੈ ਤੁਸੀਂ ਆਏ ਸੀਗੇ ਜੀ ਹਾਂਜੀ ਸਰ ਓਕੇ ਓਕੇ ਤੁਸੀਂ ਗਾਉਂਦੇ ਹੋ ਹਾਂਜੀ ਸਰ ਮੈਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਹੈ ਓਕੇ ਓਕੇ ਸਿੰਗਿੰਗ ਦਾ ਬਹੁਤ ਸ਼ੌਂਕ ਹੈ ਬਹੁਤ ਸ਼ੌਂਕ ਹੈ ਜੀ ਸ਼ੌਂਕ ਹੈ ਜੀ ਠੀਕ ਹੈ ਜੀ ਸੁਣਾਓ ਜੀ ਪੁਰਾਣੀ ਮੈਨੂੰ ਮਿਲਣੇ ਦਾ ਨਿੱਤ ਤੇਰਾ ਨਮਾਸੀ ਬਹਾਨਾ ਅੱਜ ਸੱਜਣਾ ਓਏ ਮਿਲਿਆ ਨੂੰ ਹੋ ਗਿਆ ਜਮਾਨਾ ਅੱਜ ਸੱਜਣਾ ਓਏ ਮਿਲਿਆ ਨੂੰ ਹੋ ਗਿਆ ਜਮਾਨਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਗੋਡ ਬਲੈਸ ਯੂ ਗੇਮ ਹੈਗੀ ਜੀ ਗਰਲਸ ਲਈ ਅਤੇ ਹਾਂਜੀ 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 ਮੈਂ ਤੁਸੀਂ ਆਉਣਾ ਮੈਂ ਉੱਧਰ ਨੂੰ ਕਿੱਧਰ ਹਾਂ ਅਤੇ ਇੱਕ ਮਿੰਟ ਹੋਊਗਾ ਜੀ ਇੱਕ ਮਿੰਟ ਦੇ ਵਿੱਚ ਦੇਖਦੇ ਹਾਂ ਕਿ ਵੱਧ ਕੌਣ ਫਲਾਉਂਦਾ ਜੀ ਬੈਲੂਨ ਠੀਕ ਹੈ ਜੀ ਸ਼ਾਬਾਸ਼ ਸ਼ਾਬਾਸ਼ 10 ਸੈਕਿੰਡ ਰਹਿ ਗਏ ਦੋ ਦੋ ਹੋ ਗਏ ਜੀ ਆਹ ਦੇਖੋ ਆਹ ਦੇਖੋ ਆਹ ਦੇਖੋ ਆਹ ਦੇਖੋ ਗੰਢ ਮਾਰਨੀ ਗੰਢ ਬਣਾਓ 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 ਗੱਲਬਾਤ ਸ਼ਾਬਾਸ਼ 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 ਥੋੜ੍ਹਾ ਫਲਾ ਕੇ ਗੰਢ ਮਾਰ ਰਹੇ ਹੋ ਵੈਰੀ ਗੁੱਡ ਵੈਰੀ ਗੁੱਡ ਟੈਕਨੀਕ 'ਤੇ ਜਾਓ ਖੱਬਾ ਹੱਥ ਹੈ ਸ਼ਾਬਾਸ਼ ਪੂਰੀ ਕਰ ਦਿਓ 3 2 1 11 10 ਲਓ ਜੀ ਲਓ ਲਓ ਜੀ ਲਓ ਲਓ ਤੁਸੀਂ ਤੁਸੀਂ ਪਾਰਟੀਸਪੇਟ ਕੀਤਾ ਮਾਰੇ ਮੈਂ ਪ੍ਰੈਸੀਡੈਂਟ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਰਵਿੰਦਰ ਸਿੰਘ ਜੀ ਬਹੁਤ ਸੋਹਣਾ ਕੱਦ ਮਾਰਿਆਂ ਨੇ ਬਖਸ਼ਿਆ ਬਹੁਤ ਸੋਹਣੀ ਪੱਗ ਬਹੁਤ ਸੋਹਣਾ ਕੁੜਤਾ ਪਜਾਮਾ ਬਹੁਤ ਸੋਹਣਾ ਕੜਾ ਠੀਕ ਹੈ ਕੜੇ 'ਤੇ ਕੀ ਲਿਖਾਇਆ ਮਾਣ ਗੋਤ ਮਾਣ ਬਹੁਤ ਵਧੀਆ ਪਰਸਨੈਲਿਟੀ ਸੋਹਣਾ ਸਰਦਾਰ ਬਾਈ ਮਾਨਸੇ ਦਾ ਅਤੇ ਕੀ ਸ਼ੌਂਕ ਨੇ ਜੀ ਗਾਉਣ ਦਾ ਸ਼ੌਂਕ ਆ ਜੀ ਗਾਣਾ ਆ ਰਿਹਾ ਆਪਣਾ ਗਾਉਣ ਦਾ ਸ਼ੌਂਕ ਹੈ ਹਾਏ ਹਾਏ ਜੱਟਾ ਸੁਣਾਓ ਫਿਰ ਉਹ ਚੜ੍ਹਦੀ ਤੋਂ ਚੜ੍ਹਦੀ ਨਾ ਹੱਥ ਨੇ ਜੁੜੇ ਐਵੇਂ ਪੋਕਰੀ ਦਿਖਾਵੇਂ ਤੂੰ ਕੋਈ ਪਹਿਲੀ ਨੀ ਕੁੜੇ ਉਹ ਚੜ੍ਹਦੀ ਤੋਂ ਚੜ੍ਹਦੀ ਨਾ ਹੱਥ ਨੇ ਜੁੜੇ ਐਵੇਂ ਨਖਰੇ ਦਿਖਾਵੇਂ ਤੂੰ ਕੋਈ ਪਹਿਲੀ ਨੀ ਕੁੜੇ ਨੀ ਤੂੰ ਫਿਰਦੀ ਹੈ ਬਾਜੀ ਉੱਤੇ ਜਾਲ ਪਾਉਣ ਨੂੰ ਉਹ ਨੀ ਤੂੰ ਫਿਰਦੀ ਹੈ ਬਾਜੀ ਉੱਤੇ ਜਾਲ ਪਾਉਣ ਨੂੰ ਉਹ ਲੰਡੀਆਂ ਗਟਾਰਾਂ ਦੇਖੀਆਂ ਨੇ ਬੜੀਆਂ ਉਹ ਜਿਹੜਾ ਕਰਦਾ ਹੈ ਮਾਣ ਉਹਦਾ ਦਿਲੋਂ ਕਰੀਏ ਜੁੱਤੀ ਥੱਲੇ ਰੱਖੀ ਹੈ ਜੋ ਕਰੇ ਅੜੀਆਂ ਕਰਦਾ ਹੈ ਮਾਣ ਉਹਦਾ ਦਿਲੋਂ ਕਰੀਏ ਜੁੱਤੀ ਥੱਲੇ ਰੱਖੀ ਹੈ ਜੋ ਕਰੇ ਅੜੀਆਂ ਉਹ ਰੇਤੀਆਂ ਚ ਹੁੰਦੀ ਹੈ ਜਵਾਨੀ ਜੱਟਾਂ ਦੀ ਰਾੜੇ ਪਿਆ ਰੰਗ ਵਾਂਗੂ ਤਵਿਆਂ ਦੀ ਪੁੱਠ ਦੇ ਉਹ ਮਾਣ ਸਾਨੂੰ ਆਖੇ ਬੈਗ ਬਾੜੀ ਕੁੜੀ ਇਹ ਏਰੀਏ ਚੋਂ ਦੇਖ ਲਾ ਸਟਾਰੇ ਉੱਠਦੇ ਹੱਟਾਂ ਨੂੰ ਨਾ ਲਾਇਆ ਤੋਹਫ਼ਾ ਔਰ ਸ਼ੌਕ ਵੀ ਔਰ ਇਸ ਚੀਜ਼ ਨਾਲ ਮੁਹੱਬਤ ਵੀ ਹੈ ਜੀ ਵਾਹਿਗੁਰੂ
ਅੱਛਾ ਵਾਹਿਗੁਰੂ ਵਾਹਿਗੁਰੂ ਮੈਨੂੰ ਪੜ੍ਹਨੀ ਨਹੀਂ ਆਉਂਦੀ ਆਪਾਂ ਨੂੰ ਬਹੁਤ ਘੱਟ ਵਾਹਿਗੁਰੂ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਉਰਦੂ ਹਾਂਜੀ ਇਹ ਦੱਸੋ ਜੀ ਪੜ੍ਹ ਕੇ ਸਭ ਤੋਂ ਪਹਿਲਾਂ ਉੱਪਰ ਲਿਖਿਆ ਜੀ ਅੱਲਾ ਵਾਹਿਗੁਰੂ ਹਾਂਜੀ ਇਹ ਇਧਰੋਂ ਚੱਲਦੀ ਹੈ ਔਰ ਇਸ ਤੋਂ ਬਾਅਦ ਸ਼ੇਅਰ ਲਿਖਿਆ ਜੀ ਤੇਰੇ ਆਨੇ ਕੀ ਜਬ ਖਬਰ ਮਹਿਕੇ ਤੇਰੀ ਖੁਸ਼ਬੂ ਸੇ ਸਾਰਾ ਘਰ ਮਹਿਕੇ ਉਸ ਤੋਂ ਬਾਅਦ ਲਿਖਿਆ ਜੀ ਕੰਟੀਨੀ ਮੰਡੀਰ ਕੀ ਜਾਨਿਬ ਸੇ ਦਾ ਅਨਲਾਈਟਨ ਕਾਲਜ ਮੇ ਤਸ਼ਰੀਫ ਫਰਮਾਨ ਰਵਨੀਤ ਸਿੰਘ ਕੋ ਦਾ ਅਨਲਾਈਟਨ ਕਾਲਜ ਜਨੀਰ ਬਹੁਤ ਬਹੁਤ ਇਸਤਕਬਾਲ ਕਹਿਤਾ ਹੈ ਔਰ ਇਸ ਤੋਂ ਬਾਅਦ ਲਿਖਿਆ ਜੀ ਉਰਦੂ ਜ਼ੁਬਾਨ ਕਾ ਅਦਬ ਕਰੋ ਹਾਂਜੀ ਨੀਚੇ ਲਿਖਿਆ ਜੀ ਖਾਸ ਇਸਤਕਬਾਲ MH1 ਕੀ ਪੂਰੀ ਟੀਮ ਰਵਨੀਤ ਸਿੰਘ ਔਰ ਨੀਚੇ ਲਿਖਿਆ ਤੁਮੇ ਆ ਜਾਏਂਗੇ ਆਦਾਬੇ ਮੁਹੱਬਤ ਤੁਮ ਉਰਦੂ ਸੇ ਮੁਹੱਬਤ ਕਰਕੇ ਦੇਖੋ ਵਾਹਿਗੁਰੂ ਇਹ ਬਹੁਤ ਨਵੀਂ ਚੀਜ਼ ਹੈ ਜੀ ਪਹਿਲੀ ਵਾਰੀ ਹੋਇਆ ਜੀ 3 ਸਾਲ ਹੋ ਗਏ ਸ਼ੋਅ ਚੱਲਦੇ ਨੂੰ ਜੀ ਮੋਰ ਦੈਨ 150 ਕਾਲਜਿਸ ਹੋ ਗਏ ਜੀ ਅੱਜ ਪਰ ਇਹ ਪਹਿਲੀ ਵਾਰੀ ਹੋਇਆ ਜੀ ਉਰਦੂ ਦੇ ਵਿੱਚ ਕਿਸੇ ਨੇ ਲਿਖ ਕੇ ਦਿੱਤਾ ਬਹੁਤ ਵਧੀਆ ਔਰ ਇੱਕ ਇੱਕ ਅੱਜ ਉਰਦੂ ਦਾ ਪੇਪਰ ਵੀ ਅੱਜ ਦਾ ਜੋ ਆਇਆ ਤੁਹਾਡੇ ਲਈ ਥੈਂਕ ਯੂ ਸਰ ਥੈਂਕ ਯੂ ਸਰ ਵਾਹ ਇਹ ਵੀ ਬਹੁਤ ਵਧੀਆ ਕਲਾ ਵਧੀਆ ਸ਼ੌਂਕ ਹੈ ਜੀ ਤੁਸੀਂ ਵਧੀਆ ਬੋਲੀ ਨੂੰ ਪਿਆਰ ਕਰਦੇ ਹੋ ਪੰਜਾਬੀ ਇੰਗਲਿਸ਼ ਹਿੰਦੀ ਤਾਂ ਹਰੇਕ ਹੀ ਸਮਝ ਜਾਂਦਾ ਪਰ ਥੈਂਕ ਯੂ ਸੋ ਮਚ ਔਰ ਅਸੀਂ ਹਰੇਕ ਜ਼ਬਾਨ ਨੂੰ ਪਿਆਰ ਕਰੋ ਹਰੇਕ ਲੈਂਗੁਏਜ ਦੀ ਕਦਰ ਕਰੋ ਹਰੇਕ ਲੈਂਗੁਏਜ ਦੀ ਰਿਸਪੈਕਟ ਕਰੋ ਥੈਂਕ ਯੂ ਸੋ ਮਚ ਜੀ ਸ਼ੁਕਰੀਆ ਔਰ ਤੁਹਾਡੇ ਚੈਨਲ ਦੀ ਜਾਨਿਬ ਤੋਂ ਅਸੀਂ ਪੂਰੀ ਦੁਨੀਆ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੋ ਸੰਸਕ੍ਰਿਤ ਸੀ ਉਹ ਵੀ ਕਦੇ ਪਾਣਨੀ ਨੇ ਜੋ ਪੰਜਾਬ ਦੇ ਦਰਿਆਵਾਂ 'ਤੇ ਲਿਖੀ ਸੀ ਇਸ ਤੋਂ ਬਾਅਦ ਉਰਦੂ ਦਾ ਦੌਰ ਆਇਆ ਪੰਜਾਬੀ ਦਾ ਸੋ ਅਸੀਂ ਪੰਜਾਬੀ ਤਾਂ ਭੁੱਲ ਹੀ ਗਏ ਹਾਂ ਉਰਦੂ ਸੰਸਕ੍ਰਿਤ ਔਰ ਫਾਰਸੀ ਵੀ ਪੰਜਾਬੀ ਦੀ ਸੀ ਭੁੱਲ ਚੁੱਕੇ ਹਾਂ ਸੋ ਇਹਨੂੰ ਜ਼ਰੂਰ ਅਪਣਾਓ ਔਰ ਪਿਆਰ ਕਰੋ ਸ਼ੁਕਰੀਆ ਥੈਂਕ ਯੂ ਸੋ ਮਚ ਛੋਟੀ ਉਮਰ ਦੇ ਵਿੱਚ ਬਹੁਤ ਸੋਹਣਾ ਮੈਸੇਜ ਸ਼ੁਕਰੀਆ ਬਹੁਤ ਸੋਹਣਾ ਤੋਹਫਾ ਮੈਂ ਫਰੇਮ ਦੇ ਵਿੱਚ ਜੁੜਾ ਕੇ ਆਪਣੇ ਕਮਰੇ 'ਚ ਟੰਗੂੰਗਾ ਜੀ ਸ਼ੁਕਰੀਆ ਸੋ ਮਚ ਸ਼ੁਕਰੀਆ ਥੈਂਕ ਯੂ ਸੋ ਮਚ ਬਹੁਤ ਪਿਆਰ ਸਤਿਕਾਰ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਮੇਰਾ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਰ ਸੁਖਪ੍ਰੀਤ ਕੌਰ ਜੀ ਸੁਖਪ੍ਰੀਤ ਕੌਰ ਹਾਂਜੀ ਓਕੇ ਜੀ ਓਕੇ ਸਰ ਮੈਂ ਦੋਹੇ ਸੁਣਾਉਣੇ ਅੱਜ ਜੀ ਅੱਛਾ ਮੇਰੇ ਲਈ ਦੋਹੇ ਸੁਣਾਓ ਜੀ ਸੁਣਾਓ ਵੇ ਤੂੰ ਕਦੇ ਨਾ ਤੋਵੇਂ ਬੋਧੀਆਂ ਵੇ ਤੇ ਕਦੇ ਨਾ ਲਾਵੇ ਤੇਲ ਤੇਰੇ ਵਰਗੇ ਗਾਲੜੀ ਵੇ ਸਾਡੇ ਮਿਲਨੀ ਵੇਚਣ ਵੇ ਜੱਤਰਿਆ ਫੇਰ ਤੈਨੂੰ ਤੋ ਹਾਕੀ ਲਾਵਾਂ ਵੇ ਤੈਨੂੰ ਬੋਲਣ ਦਾ ਨਾ ਚੱਜ ਬਹੁਤ ਵਧੀਆ ਨਰਵਸ ਕਿਉਂ ਹੋਣੇ ਤੁਸੀਂ ਕੋਈ ਚੱਕਰ ਨਹੀਂ ਗੋਡ ਬਲੈਸ ਯੂ ਮਾਲਕ ਤੁਹਾਨੂੰ ਚੜ੍ਹਦੇ ਕਲਾ 'ਚ ਰੱਖਣ ਬਹੁਤ ਸੋਹਣਾ ਕੋਨਫੀਡੈਂਸ ਬਹੁਤ ਸੋਹਣਾ ਤੁਸੀਂ ਸੁਣਾਇਆ ਜੀ ਜੋ ਵੀ ਸੁਣਾਇਆ ਹੋਏ ਹੋਈ ਤਾਂ ਮੇਰੀ ਚੜ੍ਹਾਈ ਹੋਈ ਹੈ ਵੈਸੇ ਪਰ ਚਲੋ ਥੈਂਕ ਯੂ ਸੋ ਮਚ ਹੈਲੋ ਵੀਰੇ ਸਤਿ ਸ਼੍ਰੀ ਅਕਾਲ ਮੈਂ ਚੱਲਦਾ ਨਹੀਂ ਚੱਲਦਾ ਅਤੇ ਬੋਲੀਆਂ ਪਾਉਣੀਆਂ ਇੱਕ ਦਿਓਰ ਆ ਉਹ ਆਪਦੀ ਭਾਬੀ ਨੂੰ ਕਿਵੇਂ ਕਹਿੰਦਾ ਗਾ ਅਤੇ ਮਨਾਉਂਦਾ ਗਾ ਕਹਿੰਦਾ ਦਿਓਰ ਆਖਦਾ ਭਾਬੀ ਨੂੰ ਨੀ ਕੀ ਸੱਪ ਲੜਿਆ ਤੇਰੇ ਨੀ ਭੈਣ ਆਪਣੀ ਦਾ ਸਾਕ ਕਰਾ ਦੇ ਹੋ ਭੈਣ ਆਪਣੀ ਦਾ ਸਾਕ ਕਰਾ ਦੇ ਬੰਨ ਕੇ ਟੁਕੂੰਗਾ ਸੇਰੇ ਨੀ ਮਰਨ ਤੋਂ ਪਿੱਛੋਂ ਤਾਂ ਨਹੀਂ ਮੈਂ ਭੂਤ ਬਣੂੰਗਾ ਹੋ ਮਰਨ ਤੋਂ ਪਿੱਛੋਂ ਤਾਂ ਨਹੀਂ ਮੈਂ ਭੂਤ ਬਣੂੰਗਾ ਸਾਰੇ ਟੱਬਰ ਵਿੱਚ ਪਾਉਂ ਫੇਰੇ ਉਹ ਜੇ ਮੈਂ ਮਰ ਗਿਆ ਨੀ ਹੋ ਜੇ ਮੈਂ ਮਰ ਗਿਆ ਨੀ ਵਿੱਚ ਬਣੂੰਗਾ ਤੇਰੇ ਜੇ ਮੈਂ ਮਰ ਗਿਆ ਨੀ ਵਿੱਚ ਬਣੂੰਗਾ ਤੇਰੇ ਜੇ ਮੈਂ ਮਰ ਗਿਆ ਨੀ ਵਿੱਚ ਬਣੂੰਗਾ ਤੇਰੇ ਜੇ ਮੈਂ ਮਰ ਗਿਆ ਨੀ ਹੋ ਤੇਰੀ ਖਾਤਰ ਚੜਿਆ ਕਿ ਕਰਤੇ ਤੂੰ ਦਾ ਤਣਨਾ ਕੀਤੀ ਹੋ ਪਾਸਾ ਵੱਟ ਕੇ ਲਾਂਘੀ ਕੋਲ ਦੀ ਹੋ ਪਾਸਾ ਵੱਟ ਕੇ ਲਾਂਘੀ ਕੋਲ ਦੀ ਸਾਡੀ ਸਿੱਕੁੱਟ ਪੀਤੀ ਨੀ ਲਾ ਕੇ ਤੋੜ ਗਈ ਸੱਜਣਾ ਨਾਲ ਪ੍ਰੀਤੀ ਨੀ ਲਾ ਕੇ ਤੋੜ ਗਈ ਸੱਜਣਾ ਨਾਲ ਪ੍ਰੀਤੀ ਨੀ ਲਾ ਕੇ ਤੋੜ ਗਈ ਹੋ ਜੇ ਕੁੜੀਏ ਤੇ ਨੱਚਣਾ ਨੀ ਆਉਂਦਾ ਕਿਉਂ ਖਾਨੀ ਐ ਠੇਡੇ ਉਹ ਸਾਡੀ ਤਾਂ ਇਹ ਚੜੀ ਜਵਾਨੀ ਹੋ ਸਾਡੀ ਤਾਂ ਇਹ ਚੜੀ ਜਵਾਨੀ ਜਿਹੜੀ ਨਾਲ ਮੌਤ ਦੇ ਖੇਡੇ ਟੌਰ ਸ਼ਕੀਨਾ ਦੀ ਤੂੰ ਕੀ ਜਾਣਦੀ ਭੇਡੇ ਟੌਰ ਸ਼ਕੀਨਾ ਦੀ ਤੂੰ ਕੀ ਜਾਣਦੀ ਭੇਡੇ ਟੌਰ ਸ਼ਕੀਨਾ ਦੀ ਸੋ ਥੈਂਕ ਯੂ ਵੀਰੇ ਚਲੋ ਜੀ ਬੰਦ ਹੋ ਜਾਓਗੇ ਛੋਟੇ ਜਿਹੇ ਬ੍ਰੇਕ ਦਾ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਰੌਣਕਾਂ ਅਸੀਂ ਇੱਦਾਂ ਹੀ ਕੰਟੀਨਿਊ ਰੱਖਾਂਗੇ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਇੱਕ ਵਾਰ ਫਿਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ ਇਨਲਾਈਟਡ ਗਰੁੱਪ ਆਫ ਕਾਲਜਿਸ ਝੁਨੀਰ 'ਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬੱਚੇ ਬਹੁਤ ਟੈਲੈਂਟਡ ਨੇ ਜੀ ਇੱਥੋਂ ਅਤੇ ਬਹੁਤ ਕੋਪਰੇਟ ਵੀ ਕਰ ਰਹੇ ਨੇ ਇੰਨੀ ਧੁੱਪ ਹੋਣ ਦੇ ਬਾਵਜੂਦ ਵੀ ਵੀਰੇ ਹੋਈਆਂ ਭੈਣਾਂ ਸਭ ਖੜੀਆਂ ਨੇ ਅਤੇ ਬਹੁਤ ਟੈਲੈਂਟਡ ਨੇ ਅਤੇ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜੀ ਅਸੀਂ ਕ੍ਰੇਮਿਕਾ ਓਪਨ ਚੈਲੇਂਜ ਭੰਗੜਾ ਚੈਲੇਂਜ ਅਸੀਂ ਕਰਨ ਲੱਗੇ ਹਾਂ ਜੀ 5 ਮੁੰਡੇ ਮੈਂ ਸੱਦੂੰਗਾ 5 ਵੀਰੇ ਉਹਨਾਂ ਵਿੱਚੋਂ ਜਿਹਦੇ ਸਟੈਪ ਸਭ ਤੋਂ ਵਧੀਆ ਹੋਣਗੇ ਉਹਨੂੰ ਕ੍ਰੇਮਿਕਾ ਵੱਲੋਂ ਗਿਫਟ ਹੈਂਪਰ ਦਿੱਤਾ ਜਾਊਗਾ ਹਾਏ 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 ਹਾਏ
ਵੀ ਇਹ ਪੱਗਾਂ ਬਣਦੇ ਟੇਡੀਆਂ ਪੱਗਾਂ ਬਣਦੇ ਟੇਡੀਆਂ ਤੇ ਲੈਂਦੇ ਲੜ ਲਮਕਾ ਪਤਲੇ ਟਿੱਬੇ ਤੇ ਬਾਬਾ ਬੋਲਦਾ ਹੇਠ ਵਗੇ ਦਰਿਆ ਪਾਣੀਆਂ ਕਲਾ ਬਣ ਕੇ ਸਾਡੇ ਸਾਰੇ ਟੀਚਰ ਸਹਿਬਾਨ ਵੱਲੋਂ ਅਸੀਂ 5 ਸਟੂਡੈਂਟਸ ਦੇ ਵਿੱਚੋਂ ਜੋ ਜੱਜ ਕੀਤਾ ਉਹ ਫਸਟ ਵਾਲਾ ਗਾ ਉਹਦੇ ਵਿੱਚ ਸਟੂਡੈਂਟਸ ਦੇ ਵਿੱਚ ਪੂਰਾ ਜੋਸ਼ ਉਤਸ਼ਾਹ ਪੂਰੀ ਸਟੇਜ ਕਵਰੇਜ ਸੀ ਜੋ ਵੀ ਇਹਨੂੰ ਟਾਈਮ ਮਿਲਿਆ ਹਾਂਜੀ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਮੈਡਮ ਥੈਂਕ ਯੂ ਸੋ ਮਚ ਸਾਰੇ ਟੀਚਰ ਸਹਿਬਾਨ ਥੈਂਕ ਯੂ ਸੋ ਮਚ ਵੀਰੇ ਥੈਂਕ ਯੂ ਸੋ ਮਚ ਜੀ ਸੋ ਕ੍ਰੇਮਿਕਾ ਵੱਲੋਂ ਜਿਹੜਾ ਬਾਕੀਆਂ ਨੂੰ ਵੀ ਦਊਂਗਾ ਮੈਂ ਫਿਕਰ ਨਾ ਕਰੋ ਆਹ ਲਓ ਜੀ ਉਹ ਨਾ ਉਹਨਾਂ ਹੀ ਬਾਬਾ ਜੀ ਵਾਹਿਗੁਰੂ ਨਹੀਂ 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 ਚਲੋ ਜੀ ਵਿਨਰਸ ਨੂੰ ਵਿਨਰ ਵੀਰੇ ਨੂੰ ਅਤੇ ਬਾਕੀਆਂ ਨੂੰ ਵੀ ਕ੍ਰੇਮਿਕਾ ਵੱਲੋਂ ਗਿਫਟ ਹੈਂਪਰ ਦਿੱਤੇ ਗਏ ਥੈਂਕ ਯੂ ਸੋ ਮਚ ਕ੍ਰੇਮਿਕਾ ਤੁਸੀਂ ਸਾਡੇ ਨਾਲ ਬਣੇ ਅਤੇ ਬੱਚਿਆਂ ਦੇ ਅੰਦਰ ਵੀ ਕੋਨਫੀਡੈਂਸ ਲੈਵਲ ਗਾਈਡ ਕੀਤਾ ਚੈੱਕ ਕੀਤਾ ਥੈਂਕਸ ਟੂ ਦਾ ਟੀਚਰ ਇਹਨਾਂ ਸਾਰਿਆਂ ਨੇ ਰਿਜ਼ਲਟ ਕੱਢਿਆ ਜਿਹਨਾਂ ਨੇ ਥੈਂਕ ਯੂ ਸੋ ਮਚ ਵੀਰੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਬਹੁਤ ਸੋਹਣਾ ਭੰਗੜਾ ਵੀਰੇ ਬਹੁਤ ਸੋਹਣਾ ਜੀ ਬਹੁਤ ਸੋਹਣਾ ਸਤਿ ਸ਼੍ਰੀ ਅਕਾਲ ਬਾਈ ਜੀ ਫਿਰ ਕੀ ਨਾਂ ਤੁਹਾਡਾ ਜੀ ਕੁਲਦੀਪ ਚੰਦ ਆ ਜੀ ਮੇਰਾ ਨਾਮ ਓਕੇ ਜੀ ਸਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਬਾਈ ਜੀ ਮੈਂ ਇੱਕ ਜੋਸ ਲਈ ਇੱਕ ਕਵਿਤਾ ਲਿਖੀ ਆ ਜੀ ਹਾਂਜੀ ਦੋ ਕੁ ਲੈਣਾ ਉਹਦੇ ਨਾਲ ਤੁਹਾਡੇ ਸਾਂਝਾ ਕਰਨਾ ਜ਼ਰੂਰ 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 ਜ਼ਿੰਦਗੀ ਇੱਕ ਪਲ ਹੈ ਜਿਸ ਵਿੱਚ ਨਾ ਅੱਜ ਹੈ ਨਾ ਕੱਲ੍ਹ ਹੈ ਜੀ ਲਓ ਇਸ ਨੂੰ ਇਸ ਤਰ੍ਹਾਂ ਦੋਸਤੋ ਕਿ ਜੋ ਵੀ ਤੁਹਾਨੂੰ ਮਿਲੇ ਬਸ ਇਹੀ ਕਹੇ ਕਿ ਇਹੀ ਉਸਦੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਪਲ ਹੈ ਮੁਸ਼ਕਿਲ ਇਸ ਦੁਨੀਆਂ ਵਿੱਚ ਕੁਝ ਵੀ ਨਹੀਂ ਫਿਰ ਵੀ ਲੋਕ ਕਿਉਂ ਆਪਣੇ ਇਰਾਦੇ ਬਦਲ ਲੈਂਦੇ ਨੇ ਜੇ ਦਿਲੋਂ ਹੋਵੇ ਇਰਾਦਾ ਕੁਝ ਪਾਉਣ ਦਾ ਤਾਂ ਸਿਤਾਰੇ ਵੀ ਆਪਣਾ ਰਾਹ ਬਦਲ ਲੈਂਦੇ ਨੇ ਦੋਸਤੋ ਡਰ ਡਰ ਕੇ ਕਦੇ ਟਾਈਮ ਪਾਸ ਨਹੀਂ ਹੁੰਦੇ ਘਰ ਬੈਠ ਕੇ ਕਦੇ ਕਮਰਾਸ ਨਹੀਂ ਹੁੰਦੇ ਸੱਟਾਂ ਸਹਿੰਦੇ ਨੇ ਜਿਹੜੇ ਜ਼ਮਾਨਾ ਚੇਤੇ ਰੱਖਦਾ ਇੱਥੇ ਕਮਜ਼ੋਰਾਂ ਦੇ ਕਦੇ ਇਤਿਹਾਸ ਨਹੀਂ ਹੁੰਦੇ ਜਦੋਂ ਟੁੱਟਣ ਲੱਗੇ ਹੌਂਸਲਾ ਤਾਂ ਇੱਕ ਗੱਲ ਯਾਦ ਰੱਖਿਓ ਜਦੋਂ ਟੁੱਟਣ ਲੱਗੇ ਹੌਂਸਲਾ ਤਾਂ ਇੱਕ ਗੱਲ ਯਾਦ ਰੱਖਿਓ ਕਿ ਬਿਨਾਂ ਮਿਹਨਤ ਤੋਂ ਹਾਸਿਲ ਤਖ਼ਤ ਅਤੇ ਤਾਜ ਨਹੀਂ ਹੁੰਦੇ ਦੋਸਤੋ ਲੱਭ ਲੈਣਾ ਹਨੇਰਿਆਂ ਵਿੱਚੋਂ ਵੀ ਮੰਜ਼ਿਲ ਆਪਣੀ ਕਿਉਂਕਿ ਯੁੱਗ ਨੂੰ ਕਦੀ ਚਾਨਣ ਦੇ ਮੁਹਤਾਜ ਨਹੀਂ ਹੁੰਦੇ ਕਦੇ ਚਾਨਣ ਦੇ ਮੁਹਤਾਜ ਨਹੀਂ ਹੁੰਦੇ ਧੰਨਵਾਦ ਬਾਈ ਜੀ ਬਾਈ ਜੀ ਤੁਹਾਨੂੰ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਮੇਰੀ ਫੈਮਿਲੀ ਸਾਡਾ ਸਾਰਾ ਪਰਿਵਾਰ ਤੁਹਾਡਾ ਬਹੁਤ ਵੱਡਾ ਫੈਨ ਹੈਗਾ ਉਹਨਾਂ ਨੂੰ ਹੈਲੋ ਕਰ ਦਿਓ ਥੈਂਕ ਯੂ ਸੋ ਮਚ ਜੀ ਬੇਬੇ ਜੀ ਮੈਂ ਕੰਟੀਨੀ ਮੰਡੀਰ ਵਿੱਚ ਆ ਗਿਆ ਵਾਹਿਗੁਰੂ ਥੈਂਕ ਯੂ ਸੋ ਮਚ ਜੀ ਆਂਟੀ ਜੀ ਇਹ ਬਹੁਤ ਚੰਗੇ ਵਿਚਾਰਾਂ ਵਾਲਾ ਤੁਹਾਡਾ ਪੁੱਤਰ ਹੈ ਜੀ ਬਹੁਤ ਸੋਹਣੀ ਕਵਿਤਾ ਇਹਨਾਂ ਨੇ ਸੁਣਾਈ ਹੈ ਜੀ ਸੋ ਕ੍ਰੇਮਿਕਾ ਵੱਲੋਂ ਤੁਹਾਨੂੰ ਗਿਫਟ ਹੈਂਪਰ ਹੈ ਜੀ ਬਾਈ ਜੀ ਇੱਕ ਗੱਲ ਮੈਂ ਤੁਹਾਡੇ ਮੂੰਹ ਹੋਰ ਕਹਾਉਣੀ ਚਾਹੁੰਦਾ ਜੀ ਜੋ ਮਰਜ਼ੀ ਮੇਰੇ ਮਾਤਾ ਜੀ ਇਸ ਗੱਲ 'ਤੇ ਬਹੁਤ ਫਿਕਰ ਕਰਦੇ ਮੇਰਾ ਵਿਆਹ ਨਹੀਂ ਹੁੰਦਾ ਅਤੇ ਪਲੀਜ਼ ਉਹਨਾਂ ਨੂੰ ਕਹਿ ਦਿਓ ਮੈਨੂੰ ਹਾਲੇ ਇੱਕੋ ਸਾਲ ਹੋ ਗਏ ਹਾਂਜੀ ਹਾਂਜੀ ਮੇਰੇ ਨਾਲ ਧੱਕਾ ਹੈ ਅੱਛਾ ਜੀ ਬਾਈ ਆਂਟੀ ਜੀ ਪ੍ਰੈਸ਼ਰ ਪਾ ਰਹੇ ਨੇ ਹਾਂਜੀ ਹਾਂਜੀ ਸਾਰੀ ਫੈਮਿਲੀ ਪਾ ਰਹੀ ਹੈ ਜੀ ਓਕੇ ਜੀ ਓਕੇ ਓਕੇ ਕਵਿਤਾ ਤਾਂ ਬਹੁਤ ਸਿਆਣੀ ਸੀ ਪਰ ਵਿਆਹ ਵੀ ਕਰਾਉਣਾ ਬਾਈ ਜੀ ਕਰਾਵਾਂਗੇ ਪਰ ਹਾਲੇ ਕੋਈ ਬਣ ਚੀ ਵਾਹਿਗੁਰੂ ਤੁਹਾਨੂੰ ਮੈਂ ਆਂਟੀ ਜੀ ਨੂੰ ਕਹਿਣਾ ਕਿ ਆਂਟੀ ਜੀ ਸਾਲ ਕੁ ਖੜ ਜਾਓ ਇਹੀ ਨਾ ਹਾਂ ਸਾਲ ਕੁ ਖੜ ਜਾਓ ਹਾਂ ਬਹੁਤ ਤੰਗ ਹਾਂ ਵੀ ਸਾਲ ਕੁ ਖੜ ਜਾਓ ਸੋ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਵੀਰੇ ਦੇ ਅਤੇ ਆਂਟੀ ਜੀ ਨੂੰ ਸਪੈਸ਼ਲ ਕਹਿਣਾ ਵੀ ਮੁੰਡੇ ਨੂੰ ਸਾਲ ਕੁ ਤੰਗ ਨਾ ਕੀਤਾ ਜਾਵੇ ਅਗਲੇ ਸਾਲ ਤੱਕ ਤੁਹਾਡਾ ਮੁੰਡਾ ਘੋੜੀ ਚੜ ਜੂਗਾ ਅਤੇ ਆਪਾਂ ਸਾਰਿਆਂ ਨੇ ਵਿਆਹ ਦੇ ਵਿੱਚ ਬੋਲੀਆਂ ਪਾਣੀਆਂ ਅਤੇ ਨੱਚਣਾ ਅਤੇ ਸੁਣ ਜੀ ਨੂੰਹ ਤੁਹਾਡੇ ਵਿਹੜੇ ਲੈ ਕੇ ਆਊਗਾ ਠੀਕ ਹੈ ਜੀ ਧੰਨਵਾਦ ਲਵ ਯੂ ਬਾਈ ਜੀ ਥੈਂਕ ਯੂ ਲਵ ਯੂ ਟੂ ਸੋ ਜਸਟ ਫੋਰ ਯੂ ਕ੍ਰੇਮਿਕਾ ਦਾ ਜਿਹੜਾ ਗਿਫਟ ਹੈਂਪਰ ਸੀਗਾ ਤੁਹਾਨੂੰ ਦਿੱਤਾ ਕਿਉਂਕਿ ਬਹੁਤ ਸੋਹਣਾ ਮੈਸੇਜ ਦਿੱਤਾ ਤੁਸੀਂ ਬਹੁਤ ਸੋਹਣੀ ਕਵਿਤਾ ਸੀ ਕਵਿਤਾ ਦੇ ਰਾਹੀਂ ਤੁਸੀਂ ਜਿਹੜਾ ਸੁਨੇਹਾ ਦਿੱਤਾ ਉਹ ਬਹੁਤ ਮੀਨਿੰਗਫੁਲ ਸੀਗਾ ਥੈਂਕ ਯੂ ਸੋ ਮਚ ਥੈਂਕ ਯੂ ਜਿਹੜਾ ਹੁਣ ਅਸੀਂ ਸੈਗਮੈਂਟ ਕਰਨ ਲੱਗੇ ਜੀ ਇਹ ਸਾਡਾ ਸਪੈਸ਼ਲ ਸੈਗਮੈਂਟ ਹੈ ਔਰ ਇਸ ਸੈਗਮੈਂਟ ਦਾ ਨਾਮ ਹੈ ਜੀ ਕ੍ਰੇਮਿਕਾ ਖਾਓ ਔਰ ਗੁਣਗਾਓ ਕ੍ਰੇਮਿਕਾ ਬਿਸਕੁਟ ਵਾਓ ਇੰਨਾ ਸਵਾਦਿਸ਼ਟ ਖਾਣ 'ਚ ਇੰਨਾ ਵਧੀਆ ਮੇਰਾ ਤਾਂ ਦਿਲ ਕਰਦਾ ਮੈਂ ਖਾਈ ਜਾਵਾਂ ਕ੍ਰੇਮਿਕਾ ਬਿਸਕਿਟ ਜੋ ਬੜਾ ਹੀ ਮਿੱਠਾ ਹੈ ਜੀ ਕਰਦਾ ਰੋਟੀ ਖਾ ਵੀ ਸਾਰਾ ਦਿਨ ਖਾਈ ਜਾਵਾਂ ਕ੍ਰੇਮਿਕਾ ਖਾਓ ਮਸਤ ਹੋ ਜਾਓ ਸੋ ਵੈਲਕਮ ਬੈਕ ਆਫਟਰ ਦਾ ਬ੍ਰੇਕ ਹੁਣ ਵਾਰੀ ਹੈਗੀ ਜੀ ਪ੍ਰੋਫੈਸਰ ਸਾਹਿਬਾਨਾਂ ਨਾਲ ਗੱਲਬਾਤ ਕਰਨ ਦੀ ਅਤੇ ਆਪਾਂ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਸ਼ੁਭ ਨਾਮ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਮਾਨ
ਓਕੇ ਜੀ ਮਾਨ ਸਰ ਤੁਸੀਂ ਚੇਅਰਮੈਨ ਹੋ ਜੀ ਹਾਂਜੀ ਹਾਂਜੀ ਕਿੰਨੇ ਕਿੰਨਾ ਚਿਰ ਹੋ ਗਿਆ ਜੀ ਇਸ ਕਾਲਜ ਨੂੰ ਸਥਾਪਿਤ ਕੀਤੇ ਨੂੰ ਖੋਲ੍ਹੇ ਨੂੰ ਜੀ ਸੈਕੰਡ ਈਅਰ ਹੈ ਜੀ ਇਸ ਕਾਲਜ ਦਾ ਓਕੇ ਜੀ ਹਾਂਜੀ ਅਤੇ ਕਿੱਦਾਂ ਦਾ ਰਿਹਾ ਹੁਣ ਤੱਕ ਜੀ ਸਫ਼ਰ ਵੈਸੇ ਸਫ਼ਰ ਤਾਂ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਓਕੇ ਜੀ ਯੂਥ ਨਾਲ ਤੁਹਾਡਾ ਰਾਬਤਾ ਰਹਿੰਦਾ ਤੁਸੀਂ ਕਾਲਜ ਦੇ ਵਿੱਚ ਆਉਂਦੇ ਰਹਿੰਦੇ ਹੋ ਹਾਂਜੀ ਯੂਥ ਨੂੰ ਕੀ ਮੈਸੇਜ ਦਿਓਗੇ ਜੀ ਯੂਥ ਨੂੰ ਮੈਸੇਜ ਇਹ ਹੈ ਵੀ ਤਰੱਕੀ ਕਰਨ ਪੜ੍ਹਨ ਜੋ ਉਹਨਾਂ ਦਾ ਮਿਸ਼ਨ ਹੈ ਉਹਨਾਂ ਦੇ ਪੇਰੈਂਟਸ ਜੋ ਸੋਚਦੇ ਆ ਉਹਨਾਂ ਬਾਰੇ ਉਹਨੂੰ ਪੂਰਾ ਕਰਨ ਔਰ ਇੱਕ ਚੰਗਾ ਸਮਾਜ ਸਿਰਜਣ ਦੇ ਵਿੱਚ ਸਹਿਯੋਗ ਦੇਣ ਤੁਸੀਂ ਐਜੂਕੇਸ਼ਨ ਫੀਲਡ ਦੇ ਵਿੱਚ ਕਿਵੇਂ ਆਏ ਸਰ ਤੁਸੀਂ ਇਹੀ ਕਿਉਂ ਖੋਲ੍ਹਿਆ ਜਿਵੇਂ ਅੱਜ ਕੱਲ੍ਹ ਲੋਕ ਸ਼ੋਰੂਮ ਵਾਲੇ ਪਾਸੇ ਜਾਂਦੇ ਨੇ ਜਾਂ ਕੁਛ ਵੀ ਪ੍ਰੋਪਰਟੀ ਵਾਲੇ ਪਾਸੇ ਚੱਲ ਜਾਂਦੇ ਨੇ ਤੁਸੀਂ ਇਹ ਸੁਪਨਾ ਕਦੋਂ ਸੋਚਿਆ ਕਿਵੇਂ ਸੋਚਿਆ ਇਹ ਸੁਪਨਾ ਜੀ ਹਰ ਇਨਸਾਨ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਜੀ ਮੇਰਾ ਵੀ ਸੀਗਾ ਇਸ ਇਲਾਕੇ ਦੇ ਵਿੱਚ ਕੀ ਆ ਐਜੂਕੇਸ਼ਨ ਸੰਸਥਾਵਾਂ ਦੀ ਘਾਟ ਸੀ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਹਾਂਜੀ ਹਾਂਜੀ 2003 ਦੇ ਵਿੱਚ ਮੈਂ ਸਕੂਲ ਚਲਾਇਆ ਸੀ ਵੈਰੀ ਗੁੱਡ ਸਰ ਉਸ ਤੋਂ ਅੱਗੇ 7 ਦੇ ਵਿੱਚ ਮੈਂ ਬੀਐਡ ਕਾਲਜ ਬਣਾਇਆ ਕੀ ਬਾਤ ਹੈ 7 ਦੇ ਵਿੱਚ ਹੀ ਮੇਰਾ ਡ੍ਰੀਮ ਸੀਗਾ ਫਿਜ਼ੀਕਲ ਐਜੂਕੇਸ਼ਨ ਕਾਲਜ ਬਣਾਉਣ ਦਾ ਜੀ ਕਿਉਂਕਿ ਮੈਂ ਸਪੋਰਟਸ ਨਾਲ ਸੰਬੰਧਿਤ ਹਾਂ ਰੈਸਲਿੰਗ ਕਰਦਾ ਸੀ ਮੈਂ ਬਹੁਤ ਇਸ ਕਰਕੇ ਮੇਰਾ ਡ੍ਰੀਮ ਸੀ ਉਹ ਅਸੀਂ ਇਹ 15 ਦੇ ਵਿੱਚ ਜਾ ਕੇ ਪੂਰਾ ਕੀਤਾ ਬਹੁਤ ਵਧੀਆ ਸੋਚ ਸਰ ਅਤੇ ਮਹਾਰਾਜ ਤੁਹਾਡਾ ਇੱਦਾਂ ਹੀ ਤੁਹਾਡੇ ਜਿਹੜੇ ਹੋਰ ਵੀ ਏਮ ਨੇ ਤੁਹਾਡੇ ਪੂਰੇ ਹੁੰਦੇ ਰਹਿਣ ਤੁਸੀਂ ਇੱਦਾਂ ਸੇਵਾ ਕਰਦੇ ਰਹੋ ਯੂਥ ਨੂੰ ਪੜ੍ਹਾਉਂਦੇ ਰਹੋ ਯੂਥ ਨੂੰ ਚੰਗੇ ਰਾਹ ਪਾਉਂਦੇ ਰਹੋ ਥੈਂਕ ਯੂ ਸੋ ਮਚ ਫੋਰ ਹੈਵਿੰਗ ਟਾਈਮ ਥੈਂਕ ਯੂ ਸੋ ਮਚ ਬਹੁਤ ਵਧੀਆ ਲੱਗਿਆ ਜੀ ਗੱਲਬਾਤ ਓਕੇ ਸਰ ਓਕੇ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਹਰਬੰਸ ਸਿੰਘ ਹਰਬੰਸ ਸਰ ਤੁਸੀਂ ਇੱਥੇ ਕੀ ਸੇਵਾ ਨਿਭਾ ਰਹੇ ਹੋ ਜੀ ਮੈਨੇਜਮੈਂਟ ਮੈਨੇਜਮੈਂਟ ਦੇ ਵਿੱਚੋਂ ਜੀ ਵਧੀਆ ਚੱਲ ਰਿਹਾ ਸਫ਼ਰ ਬਹੁਤ ਵਧੀਆ ਤੁਹਾਡੀ ਕਿੰਨੇ ਤੋਂ ਕਿੰਨੇ ਡਿਊਟੀ ਹੁੰਦੀ ਜੀ ਇੱਥੇ ਨਹੀਂ ਡਿਊਟੀ ਕੋਈ ਕਨਫਰਮ ਤਾਂ ਨਹੀਂ ਹੁੰਦੀ ਬਸ ਜਦੋਂ ਵੀ ਟਾਈਮ ਲੱਗਦਾ ਹੈ ਟਾਈਮ ਲੱਗੇ ਤੁਸੀਂ ਇੱਧਰ ਆਉਣੇ ਪਰਿਵਾਰ 'ਚ ਕੌਣ ਕੌਣ ਤੁਹਾਡੇ ਪਰਿਵਾਰ 'ਚ ਬ੍ਰਦਰ ਹੈ ਓਕੇ ਜੀ ਥੈਂਕ ਯੂ ਸੋ ਮਚ ਜੀ ਫੈਮਿਲੀ ਨੂੰ ਮਾਲਕ ਤਰੱਕੀ ਦੇਣ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤਾਂ ਤੁਹਾਡੀ ਪੂਰੀ MH1 ਜਿਹੜੀ ਟੀਮ ਹੈ ਉਹਦਾ ਵੈਲਕਮ ਸਾਡੇ ਕਾਲਜ ਆਉਣ 'ਤੇ ਥੈਂਕ ਯੂ ਸੋ ਮਚ ਔਰ ਮੈਂ ਅੱਜ ਤੁਹਾਨੂੰ ਇੱਕ ਗਜ਼ਲ ਸੁਣਾ ਰਹੀ ਹਾਂ ਜ਼ਰੂਰ ਜ਼ਰੂਰ ਥੋੜ੍ਹੀ ਟਰਾਈ ਕਰ ਰਹੀ ਹਾਂ ਅੱਜ ਕੱਲ੍ਹ ਮੇਰਾ ਨਾਮ ਵੀਰਪਾਲ ਕੌਰ ਹੈ ਮੈਂ ਫੈਸ਼ਨ ਡਿਜ਼ਾਈਨਿੰਗ ਦੀ ਪ੍ਰੋਫੈਸਰ ਓਕੇ ਫੈਸ਼ਨ ਡਿਜ਼ਾਈਨਿੰਗ ਬਹੁਤ ਵਧੀਆ ਬਹੁਤ ਮੈਂ ਮਤਲਬ ਕੋਸ਼ਿਸ਼ ਕਰ ਰਹੀ ਹਾਂ ਉਗਾਉਣਾ ਨਹੀਂ ਆਉਂਦਾ ਜ਼ਰੂਰ 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 ਮੇਰਾ ਬਸ ਚੱਲਦਾ ਜੇ ਤੈਨੂੰ ਜਾਣ ਨਹੀਂ ਸੀ ਦੇਣਾ ਮੇਰਾ ਬਸ ਚੱਲਦਾ ਜੇ ਤੈਨੂੰ ਜਾਣ ਨਹੀਂ ਸੀ ਦੇਣਾ ਇੰਨੀ ਦੂਰ ਪਰਦੇਸ ਡੇਰਾ ਲਾਉਣ ਨਹੀਂ ਸੀ ਦੇਣਾ ਮੇਰਾ ਬਸ ਚੱਲਦਾ ਜੇ ਤੈਨੂੰ ਜਾਣ ਨਹੀਂ ਸੀ ਦੇਣਾ ਹੁਣ ਔਖੀਆਂ ਨੇ ਲੰਘਦੀਆਂ ਰਾਤਾਂ ਮੇਰੀਆਂ ਪਲ ਪਲ ਯਾਦ ਆਉਂਦੀਆਂ ਬਾਤਾਂ ਤੇਰੀਆਂ ਹੁਣ ਔਖੀਆਂ ਨੇ ਲੰਘਦੀਆਂ ਰਾਤਾਂ ਮੇਰੀਆਂ ਪਲ ਪਲ ਯਾਦ ਆਉਂਦੀਆਂ ਬਾਤਾਂ ਤੇਰੀਆਂ ਇਹਨਾਂ ਗਮਾਂ ਵਾਲੇ ਬਦਲਾਂ ਨੂੰ ਛੋੜ ਨਹੀਂ ਸੀ ਦੇਣਾ ਮੇਰਾ ਬਸ ਚੱਲਦਾ ਜੇ ਤੈਨੂੰ ਜਾਣ ਨਹੀਂ ਸੀ ਦੇਣਾ ਮੇਰਾ ਬਸ ਚੱਲਦਾ ਜੇ ਤੈਨੂੰ ਜਾਣ ਨਹੀਂ ਸੀ ਦੇਣਾ ਇੱਕ ਦੋਹਾ ਵੀ ਲਾਉਣਾ ਚਾਹੁੰਦੀ ਹਾਂ ਤੁਹਾਡੇ ਤੇ ਜ਼ਰੂਰ 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 ਤੈਨੂੰ ਵੀ ਮਾਰਾ ਚੱਕ ਕੇ ਸੁੱਟਾ ਚਰੀ ਦੇ ਵਿੱਚ ਆਇਆ ਮੱਝੀਆਂ ਖਾ ਗਈਆਂ ਤੈਨੂੰ ਪੱਥਾਂ ਗੋਹੇ ਦੇ ਵੇ ਰਵਨੀਤ ਆ ਵਿੱਚ ਬਹੁਤ ਵਧੀਆ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਂ ਜੀ ਮੇਰਾ ਨਾਮ ਜਸਪਾਲ ਕੌਰ ਤੁਸੀਂ ਕੀ ਪੜ੍ਹਾਉਂਦੇ ਹੋ ਜੀ FDT ਫੈਸ਼ਨ ਟੈਕਨੋਲੋਜੀ ਅੱਛਾ ਤੁਸੀਂ ਵੀ ਫੈਸ਼ਨ ਟੈਕਨੋਲੋਜੀ ਹਾਂਜੀ ਕੀ ਤੁਹਾਡੀ ਹੋਬੀਜ਼ ਕੀ ਨੇ ਜੀ ਸਰ ਮੇਰੀ ਸਮਥਿੰਗ ਨਿਊ ਡਿਜ਼ਾਈਨ ਕ੍ਰੀਏਟ ਕਰਨਾ ਡਿਜ਼ਾਈਨ ਕ੍ਰੀਏਟ ਕਰਨਾ ਹਾਂਜੀ ਕਿੰਨਾ ਚਿਰ ਹੋ ਗਿਆ ਜੀ ਇਸ ਕਾਲਜ ਨਾਲ ਜੁੜੇ ਹੋਏ ਨੂੰ ਓਨਲੀ 2 ਮੰਥ ਨਿਊ ਕਿੱਦਾਂ ਦੇ ਰਿਹਾ ਜੀ ਸਫ਼ਰ ਵੈਰੀ ਨਾਈਸ ਬਹੁਤ ਵਧੀਆ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਥੈਂਕ ਯੂ ਸੋ ਮਚ ਥੈਂਕ ਯੂ ਸਰ ਗੋਡ ਬਲੈਸ ਸਤਿ ਸ਼੍ਰੀ ਅਕਾਲ ਜੀ ਇੰਟਰਨੈਸ਼ਨਲ ਕਾਨਫਰੰਸ ਅਟੈਂਡ ਕਰ ਚੁੱਕੀ ਹੈਗੀ ਸਰ ਗੇਮ ਕਿਹੜੀ ਰੱਖੀ ਸੀ ਤੁਸੀਂ ਉਦੋਂ ਸਰ ਹੈਂਡਬਾਲਰ ਔਰ ਐਥਲੈਟਿਕਸ ਦੇ ਵਿੱਚ ਥਰੋਅਰ ਹਾਂ ਮੈਂ ਓਕੇ ਜੀ ਬਹੁਤ ਵਧੀਆ ਬਹੁਤ ਵਧੀਆ ਸਰ ਮੁੰਡੇ ਹੀ ਸਪੋਰਟਸ ਦੇ ਵਿੱਚ ਅੱਗੇ ਨਹੀਂ ਹੁੰਦੇ ਸਾਡੀਆਂ ਭੈਣਾਂ ਵੀ ਸਾਡੇ ਨਾਲ ਇਹ ਬਰਾਬਰ ਮੁਕਾਬਲਾ ਕਰਦੀਆਂ ਨੇ ਸੋ ਭੈਣ ਵਰਾਂ ਨੇ ਇੰਟਰਨੈਸ਼ਨਲ ਦੀ ਕਾਨਫਰੰਸ ਅਟੈਂਡ ਕੀਤੀ ਹੋਈ ਹੈ ਥੈਂਕ ਯੂ ਸੋ ਮਚ ਜੀ ਬੱਚੇ ਵੀ ਬਹੁਤ ਇੰਟੈਲੀਜੈਂਟ ਨੇ ਕ੍ਰੀਏਟਿਵ ਨੇ ਅਤੇ ਸਟਾਫ ਵੀ ਹੈ ਨਾ ਜੀ ਗੁਰੂ ਵੀ ਬਹੁਤ
ਚਿਣੇ ਹੋਏ ਉਹਨੇ ਰੱਖੇ ਨੇ ਬਹੁਤ ਵਧੀਆ ਥੈਂਕ ਯੂ ਸੋ ਮਚ ਸਰ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਾਰਾ ਸਾਡੇ ਸਾਰੇ ਕਾਲਜ ਵੱਲੋਂ ਸਾਰੇ ਟੀਚਰ ਸਹਿਬਾਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੈਲਕਮ ਥੈਂਕ ਯੂ ਸੋ ਮਚ ਮੈਂ ਇੱਕ ਟੀਚਰ ਹੋਣ ਦੇ ਨਾਤੇ ਤੇ ਇੱਕ ਫੀਮੇਲ ਹੋਣ ਦੇ ਨਾਤੇ ਸਾਰਿਆਂ ਨੂੰ ਇੱਕ ਹੀ ਮੈਸੇਜ ਦੇਣਾ ਚਾਹੁੰਦੀ ਹਾਂ ਪੇਰੈਂਟਸ ਨੂੰ ਕਿ ਆਪਦੇ ਗਰਲਸ ਨੂੰ ਕੁੜੀਆਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਪੜ੍ਹਾਉਣਾ ਚਾਹੀਦਾ ਜਿਸ ਤਰ੍ਹਾਂ ਕਿ ਅਜੇ ਵੀ ਪੰਜਾਬ ਦੇ ਪਿੰਡਾਂ 'ਚ ਕਈ ਘਰ ਐਵੇਂ ਦੇ ਹੈਗੇ ਨੇ ਗਰਲਸ ਨੂੰ ਨਹੀਂ ਪੜ੍ਹਾਉਂਦੇ ਅਤੇ ਜਿਸ ਤਰ੍ਹਾਂ ਇਹ ਕਲਚਰ ਪ੍ਰੋਗਰਾਮ ਹੈ ਇਸ ਕਲਚਰ ਪ੍ਰੋਗਰਾਮ ਦੇ ਵਿੱਚ ਇੱਕ ਬੋਲੀਆਂ ਦੇ ਮੈਥਡ ਦੇ ਨਾਲ ਮੈਂ ਦੋ ਬੋਲੀਆਂ ਪਾ ਕੇ ਪੇਰੈਂਟਸ ਨੂੰ ਉਜਾਗਰ ਕਰਨਾ ਚਾਹੁੰਦੀ ਹਾਂ ਛੈਣੇ 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 ਵਿੱਦਿਆ ਪੜਾ ਦੇ ਬਾਬਲਾ ਚਾਹੇ ਦਹੀਂ ਨਾ ਦਾਜ ਵਿੱਚ ਗਹਿਣੇ ਵਿੱਦਿਆ ਪੜਾ ਦੇ ਬਾਬਲਾ ਚਾਹੇ ਦਹੀਂ ਨਾ ਦਾਜ ਵਿੱਚ ਗਹਿਣੇ ਹਾਂਜੀ ਇਹਦੇ ਨਾਲ ਇੱਕ ਦਾਜ ਤਾਂ ਕਵਰ ਹੋ ਗਿਆ ਨਾਲੇ ਪੜ੍ਹਾਈ ਦਾ ਦੂਜਾ ਮੈਸੇਜ ਹੈ ਮੇਰਾ ਜੀ ਅਲਮਾਰੀ ਲੈਣੀ ਲੱਕੜ ਦੀ ਤੇ ਪੇਟੀ ਲੈਣੀ ਟੀਣ ਦੀ ਅਲਮਾਰੀ ਲੈਣੀ ਲੱਕੜ ਦੀ ਪੇਟੀ ਲੈਣੀ ਟੀਣ ਦੀ ਮੁੰਡਾ ਹੋਵੇ ਪੜਿਆ ਲਿਖਿਆ ਲੋੜ ਨੀ ਜ਼ਮੀਨ ਦੀ ਮੁੰਡਾ ਹੋਵੇ ਪੜਿਆ ਲਿਖਿਆ ਲੋੜ ਨੀ ਜ਼ਮੀਨ ਦੀ ਹਾਂਜੀ ਥੈਂਕ ਯੂ ਬਹੁਤ ਵਧੀਆ ਜੀ ਮੈਡਮ ਨੇ ਐਂਟਰਟੇਨਮੈਂਟ ਦੇ ਨਾਲ ਨਾਲ ਬੋਲੀਆਂ ਦੇ ਰਾਹੀਂ ਬਹੁਤ ਚੰਗੇ ਸੁਨੇਹੇ ਦਿੱਤੇ ਕਿ ਬਹੁਤ ਵਧੀਆ ਕੁੜੀਆਂ ਨੂੰ ਪੜ੍ਹਾਇਆ ਜਾਵੇ ਦਾਜ ਨੂੰ ਆਪਾਂ ਕਾਟਾ ਮਾਰੀਏ ਅਤੇ ਮੁੰਡਾ ਪੜ੍ਹਿਆ ਲਿਖਿਆ ਹੋਵੇ ਜ਼ਮੀਨ ਦੀ ਕੋਈ ਲੋੜ ਨਹੀਂ ਬਹੁਤ ਵਧੀਆ ਮੈਸੇਜ ਮੈਮ ਥੈਂਕ ਯੂ ਸੋ ਮਚ ਜੀ ਮਾਲਕ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਸਰ ਉਹਨਾਂ ਦੀ ਵਾਰੀ ਸੀਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣਾ ਚਸ਼ਮਾ ਥੈਂਕ ਯੂ ਸੋ ਮਚ ਕੀ ਨਾਂ ਤੁਹਾਡਾ ਮੇਰਾ ਨਾਂ ਬੇਅੰਤ ਸਿੰਘ ਧਾਲੀਵਾਲ ਜੀ ਓਕੇ ਜੀ ਮੈਂ ਮੈਨੇਜਮੈਂਟ ਦੇ ਵਿੱਚ ਬਤੌਰ ਕੰਮ ਕਰ ਰਿਹਾ ਓਕੇ ਜੀ ਕੀ ਸ਼ੌਂਕ ਨੇ ਤੁਹਾਡੇ ਸਰ ਮੇਰੇ ਸ਼ੌਕ ਮੈਂ ਗੌਰਮੈਂਟ ਜੋਬ ਦੇ ਵਿੱਚ ਹਾਂ ਮੈਂ ਡਿਵੈਲਪਮੈਂਟ ਦੇ ਕੰਮ ਕਰਨਾ ਡਿਵੈਲਪਮੈਂਟ ਹੀ ਚਾਹੁੰਦਾ ਹੋਇਆ ਮੇਰਾ ਪੰਜਾਬ ਤਰੱਕੀ ਕਰੇ ਮੇਰਾ ਦੇਸ਼ ਤਰੱਕੀ ਕਰੇ ਇਹੀ ਸਾਡਾ ਸੁਨੇਹਾ ਹੈ ਬਾਕੀ ਮੈਂ ਸਾਡੇ ਕਾਲਜ ਦੇ ਨੌਜਵਾਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਸਾਰੇ ਆਪਣੇ ਪੇਰੈਂਟਸ ਦਾ ਆਦਰ ਸਤਿਕਾਰ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਬਿਲਕੁਲ ਨਸ਼ਿਆਂ ਦੇ ਤੋਂ ਜਿੰਨਾ ਵੀ ਤੁਸੀਂ ਦੂਰ ਰਹਿ ਸਕਦੇ ਹੋ ਉਹਨਾਂ ਦੂਰ ਰਹੋ ਪੇਰੈਂਟਸ ਦਾ ਆਦਰ ਸਤਿਕਾਰ ਕਰੋ ਸਮਾਜ ਨੂੰ ਉੱਚਾ ਚੁੱਕਣ ਦੇ ਲਈ ਸਦਾ 24 ਘੰਟੇ ਤਤਪਰ ਰਹੋ ਥੈਂਕ ਯੂ ਸੋ ਮਚ ਸਰ ਬਹੁਤ ਚੰਗਾ ਮੈਸੇਜ ਥੈਂਕ ਯੂ ਸੋ ਮਚ ਸਰ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਤੁਹਾਡਾ ਸ਼ੁਭ ਨਾਮ ਜੀ ਜੀ ਮੇਰਾ ਨਾਂ ਚਮਕੌਰ ਸਿੰਘ ਓਕੇ ਜੀ ਤੁਸੀਂ ਸਰ ਮੈਂ ਇਸ ਕਾਲਜ ਦੇ ਵਿੱਚ ਆਇਆ ਜਿਹੜਾ ਆਫਿਸ ਦਾ ਵਰਕ ਹੈਗਾ ਜਾਂ ਯੂਨੀਵਰਸਿਟੀ ਦੇ ਜਿੰਨੇ ਵੀ ਕੰਮ ਨੇ ਉਹ ਸਾਰੇ ਮੈਂ ਦੇਖਦਾ ਓਕੇ ਜੀ ਕਾਫੀ ਲੰਬੇ ਸਮੇਂ ਤੋਂ ਇਸ ਮਤਲਬ ਸੰਸਥਾਵਾਂ ਦੇ ਐਜੂਕੇਸ਼ਨ ਜਿਹੜਾ ਫੀਲਡ ਉਹਦੇ ਨਾਲ ਜੁੜਿਆ ਹੋਇਆ ਓਕੇ ਜੀ ਥੈਂਕ ਯੂ ਸੋ ਮਚ ਸਰ ਬਹੁਤ ਵਧੀਆ ਗੱਲਬਾਤ ਕਰਕੇ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਕੀ ਨਾਮ ਜੀ ਬਹਾਦਰ ਸਿੰਘ ਬਹੁਤ ਸੋਹਣੀ ਪੱਗ ਬਹੁਤ ਸੋਹਣੀ ਸ਼ਰਟ ਮਿਹਰਬਾਨੀ ਥੈਂਕ ਯੂ ਤੇ ਕੰਬੀਨੇਸ਼ਨ ਬਹੁਤ ਸੋਹਣਾ ਉਹ ਬੜੀ ਮਿਹਰਬਾਨੀ ਦੇਖਣ ਵਾਲੀਆਂ ਅੱਖਾਂ ਸੋਹਣੀਆਂ ਨਹੀਂ ਹਾਂ 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 ਬਹੁਤ ਵਧੀਆ ਗੱਲ ਕੰਬੀਨੇਸ਼ਨ ਵਾਕਈ ਬਹੁਤ ਸੋਹਣਾ ਤੁਹਾਡਾ ਕੀ ਸਬਜੈਕਟ ਹੈ ਜੀ ਪੰਜਾਬੀ ਸਰ ਪੰਜਾਬੀ ਜੀ ਠੀਕ ਹੈ ਤਾਂ ਹੀ ਮੈਂ ਕਿਹਾ ਜਿਹੜੀ ਗੱਲ ਆ ਔੜ ਗਈ ਪੰਜਾਬੀ ਨੂੰ ਔੜ ਜਾਂਦੀ ਹੁੰਦੀ ਹੈ ਸੋ ਬਹੁਤ ਵਧੀਆ ਅਤੇ ਤੁਹਾਡੇ ਸ਼ੌਂਕ ਜੀ ਦੋ ਲੈਣਾ ਸੁਣਾਉਣਾ ਜੀ ਮੈਂ ਗਾ ਕੇ ਇਹ ਮੇਰੇ ਸਾਰੇ ਵਿਦਿਆਰਥੀਆਂ ਲਈ ਵੀ ਹੈ ਔਰ ਮੇਰੇ ਸਾਰੇ ਸਟਾਫ ਮੈਂਬਰਾਂ ਲਈ ਵੀ ਜੀ ਮੇਰੇ ਨਾਲ ਦਿਆਂ ਲਈ ਰਲ ਕੇ ਅੱਜ ਜਸ਼ਨ ਮਨਾਉਣਾ ਰਲ ਕੇ ਅੱਜ ਜਸ਼ਨ ਮਨਾਉਣਾ ਜੁੰਡੀ ਦੇ ਯਾਰਾਂ ਨੇ ਇੱਕ ਤੇ ਇੱਕ ਦੋ ਨਹੀਂ ਰਹਿੰਦੇ ਬਣ ਜਾਂਦੇ 11 ਨੇ ਇੱਕ ਤੇ ਇੱਕ ਦੋ ਨਹੀਂ ਰਹਿੰਦੇ ਬਣ ਜਾਂਦੇ 11 ਨੇ ਚੱਲ ਕੇ ਖੁਦ ਆਪ ਬਣਾਉਣਾ ਪੈਂਦਾ ਏ ਰਾਵਾਂ ਨੂੰ ਕਿਹੜਾ ਬਨ ਮਾਰੂ ਯਾਰੋ ਵਗਦਿਆਂ ਦਰਿਆਵਾਂ ਨੂੰ ਕਿਹੜਾ ਬਨ ਮਾਰੂ ਯਾਰੋ ਵਗਦਿਆਂ ਦਰਿਆਵਾਂ ਨੂੰ ਕਿਹੜਾ ਬਨ ਮਾਰੂ ਯਾਰੋ ਬਹੁਤ ਸੋਹਣੀ ਬਾਤ ਬਹੁਤ ਸੋਹਣੀ ਬਾਜ ਫੀਲ ਵਾਲੀ ਬਾਜ਼ ਬਹੁਤ ਸੋਹਣੀ ਬਾਜ਼ ਚਲੋ ਜੀ ਬਹੁਤ ਸਾਰਾ ਇੰਜੋਏ ਕੀਤਾ ਜੀ ਅਸੀਂ ਇਸ ਕਾਲਜ ਦੇ ਵਿੱਚ ਹੁਣ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਕੁੜੀਆਂ ਦਾ ਗਿੱਧਾ ਆ ਜਾਓ ਜੀ ਕੁੜੀ ਨੂੰ ਲੈ ਗਿਆ ਵੇ ਰਾਮ ਚੜਾ ਸਿੱਧਰੀ ਕੁੜੀ ਨੂੰ ਲੈ ਗਿਆ ਵੇ ਰਾਮ
ਪੂਰੀਆਂ ਰੌਣਕਾਂ ਲੱਗੀਆਂ ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ। ਥੈਂਕਸ ਟੂ ਕ੍ਰੀਮਿਕਾ ਬ੍ਰਾਂਡ ਜਿਹੜਾ ਸਾਡੇ ਸ਼ੋਅ ਦੇ ਵਿੱਚ ਜੁੜਿਆ। ਸੋ ਟਿਲ ਦੈਨ ਟੇਕ ਕੇਅਰ, ਰੱਬ ਰੱਖਾ। ਰਵਨੀਤ ਵੱਲੋਂ ਬਾਏ ਬਾਏ ਜੀ, ਕੀਪ ਸਪੋਰਟਿੰਗ, ਕੀਪ ਵਾਚਿੰਗ MH1, ਕੰਟੀਨਿਊ ਮੰਡੀਰ ਨੂੰ ਪਿਆਰ ਕਰਦੇ ਰਹੋ। ਰਵਨੀਤ ਵੱਲੋਂ ਸਤਿ ਸ੍ਰੀ ਅਕਾਲ ਜੀ, ਹਾਏ ਹੋਏ। ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ। ਥੈਂਕ ਯੂ ਸੋ ਮੱਚ।